ਯਾਨੀ 52 ਤੋਂ ਬਾਅਦ 82 ਤੱਕ ਇਹ ਸੁਰਜੀਤ ਸਿੰਘ ਔਰ ਸਦੀਕ ਮੁਹੰਮਦ ਜਿਹੜਾ ਕਿ ਫਿਲਮ ਦੇ ਵਿੱਚ ਸਰਦਾਰ ਮੁਹੰਮਦ ਦਾ ਰੋਲ ਹੈ ਉਹ ਅਤੇ ਮੈਂ ਇਕੱਠੇ ਹੀ ਰਹੇ। ਜੇ ਬਾਈ ਸੁਰਜੀਤ ਬਚਪਨ 'ਚ ਮੇਰੇ ਸਿਰ 'ਤੇ ਹੱਥ ਨਾ ਰੱਖਦਾ ਸ਼ਾਇਦ ਮੈਂ ਇੱਥੇ ਨਾ ਹੁੰਦਾ। ਫਿਲਮ ਬਣ ਜਾਂਦੀ ਹੈ, ਮਕਬੂਲ ਵੀ ਹੁੰਦੀ, ਪਿਆਰ ਮਿਲਦਾ ਲੋਕਾਂ ਦਾ, ਫਿਰ ਤਸੀਮ ਜੱਸੜ ਸਾਹਿਬ ਨੇ ਫਿਰ ਤਾਂ ਤੁਹਾਡੀ ਪੂਰੀ ਖਾਤਰਦਾਰੀ ਹੋਈ ਹੋਊਗੀ। ਰੱਬ ਉਹਨੂੰ ਖੁਸ਼ ਰੱਖੇ, ਕਾਮਯਾਬ ਰੱਖੇ, ਹੋਰ ਫਿਲਮਾਂ ਕਾਮਯਾਬ ਹੋਣ, ਇਹਦੂ ਅੱਗੇ ਮੈਂ ਹੁਣ ਤੁਹਾਨੂੰ ਮੈਂ ਕੀ ਕਰਾਂ। ਮੇਰਾ ਕੋਈ ਕੰਟਰੈਕਟ ਨੰਬਰ ਨਹੀਂ, ਕੋਈ ਸਾਡੀ ਫੈਮਿਲੀ ਦਾ ਕਿਸੇ ਦਾ ਅਸਲੀ ਨਾਂ ਨਹੀਂ, ਮੇਰੇ ਪਾਪਾ ਦਾ ਵੀ ਨਾਂ ਗਲਤ, ਹੋਰ ਵੀ ਗਲਤ। ਮਤਲਬ ਉਹ ਪਿਆਰ ਨਹੀਂ ਮਿਲਿਆ? ਨਹੀਂ, ਚਲੋ ਪਿਆਰ ਵਾਲੀ ਕੋਈ ਕੋਈ ਫੋਨ ਆਇਆ ਹੋਵੇ ਜੀ ਤਰਸੇਮ ਨਾਲ, ਕੋਈ ਸੰਪਰਕ ਉਹ ਤੋਂ ਬਾਅਦ ਹੋਇਆ ਹੋਵੇ ਜੀ? ਹੁਣ ਕਾਹਨੂੰ ਮੇਰੇ ਤੋਂ ਝੂਠ ਬੁਲਾਉਂਦੇ ਹੋ? ਹਾਂਜੀ, ਕੋਈ ਟੈਲੀਫੋਨ ਨਹੀਂ ਆਇਆ? ਕੋਈ ਨਹੀਂ ਆਇਆ, ਨਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਪੰਜਾਬੀ ਲੋਕ ਚੈਨਲ, ਅਤੇ ਪੰਜਾਬੀ ਲੋਕ ਚੈਨਲ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਨਵੰਬਰ 2017 ਦੇ ਵਿੱਚ 3 ਨਵੰਬਰ ਨੂੰ ਰਿਲੀਜ਼ ਹੁੰਦੀ ਫਿਲਮ ਸਰਦਾਰ ਮੁਹੰਮਦ ਬਾਰੇ। ਸਰਦਾਰ ਮੁਹੰਮਦ ਫਿਲਮ ਲਗਭਗ ਸਾਰਿਆਂ ਨੇ ਵੇਖੀ, ਪਿਆਰ ਵੀ ਬੜਾ ਦਿੱਤਾ। ਪਿਆਰ ਕਿਉਂ ਨਾ ਦਿੰਦੇ, ਕਹਾਣੀ ਹੀ ਕੁਝ ਐਸੀ ਸੀ, ਸੱਚੀ ਕਹਾਣੀ ਸੀ, ਅਤੇ ਕਿਵੇਂ ਇੱਕ ਪੁੱਤ ਦਾ ਵਿਛੋੜਾ ਮਾਂ ਦੇ ਨਾਲ ਪੈਂਦਾ ਹੈ, ਉਹ ਦੂਜੇ ਪਰਿਵਾਰ ਦੇ ਵਿੱਚ ਰਹਿ ਕੇ ਰਹਿੰਦਾ ਹੈ ਅਤੇ ਫਿਰ ਉਹ ਪਾਕਿਸਤਾਨ ਜਾਂਦਾ ਹੈ। ਪਰ ਫਿਲਮ ਫਿਲਮ ਹੀ ਹੁੰਦੀ ਹੈ, ਕਿਉਂਕਿ ਇਸ ਦੇ ਵਿੱਚ ਥੋੜ੍ਹਾ ਮਸਾਲਾ ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਥੋੜ੍ਹੀ ਜਿਹੜੀ 80% ਰਿਐਲਿਟੀ ਕਰ ਲਓ, 20% ਆਪਾਂ ਕਹਿ ਲਈਏ ਵੀ ਮਸਾਲਾ ਲਗਾਉਣਾ ਪੈਂਦਾ। ਪਰ ਉਹ ਫਿਲਮ ਕਿਸ ਦੇ ਉੱਤੇ ਬਣੀ, ਸੁਰਜੀਤ ਕੌਣ ਸੀ, ਸਰਦਾਰ ਮੁਹੰਮਦ ਕੌਣ ਸੀ, ਸਰਦਾਰ ਮੁਹੰਮਦ ਦੇ ਨਾਲ ਪਾਕਿਸਤਾਨ ਜਾਣ ਵਾਲਾ ਵਿਅਕਤੀ ਕੌਣ ਸੀ, ਉਹ ਲੋਕ ਰਿਐਲਿਟੀ ਦੇ ਵਿੱਚ ਸ਼ਾਇਦ ਨਹੀਂ ਜਾਣਦੇ। ਜਾਣਨ ਵੀ ਕਿਵੇਂ, ਫਿਲਮ ਦੇ ਵਿੱਚ ਕੋਈ ਪਾਤਰ ਕਿਹੜੇ ਅਸਲੀ ਸੀਗੇ ਉਹਨਾਂ ਦੇ ਨਾਮ ਹੀ ਨਹੀਂ ਦਿੱਤੇ ਗਏ। ਪਰ ਅਸੀਂ ਜ਼ਰੂਰ ਕੋਸ਼ਿਸ਼ ਕੀਤੀ ਹੈ ਕਿ ਪੰਜਾਬੀ ਲੋਕ ਚੈਨਲ ਦੇ ਉੱਤੇ ਉਹਨਾਂ ਚਿਹਰਿਆਂ ਨੂੰ ਲੈ ਕੇ ਆਈਏ ਜਿਹੜੇ ਫਿਲਮ ਜਿਨ੍ਹਾਂ ਦੇ ਉੱਤੇ ਫਿਲਮ ਬਣੀ ਹੈ। ਸੋ ਉਸੇ ਦੇ ਵਿੱਚੋਂ ਸਰਦਾਰ ਮੁਹੰਮਦ ਦੇ ਨਾਲ ਹਮੇਸ਼ਾ ਰਹਿਣ ਵਾਲੇ ਨਰਿੰਦਰਜੀਤ ਸਿੰਘ ਜੀ, ਸੰਧੂ ਧੀਰੋ ਮਾਜਰੇ ਵਾਲੇ ਉਸ ਫਿਲਮ ਦੇ ਵਿੱਚ ਵੇਖੇ ਜਾਂਦੇ ਨੇ। ਰੀਅਲ ਦੇ ਵਿੱਚ ਕੌਣ ਨੇ ਉਹ? ਸਰਦਾਰ ਮੁਹੰਮਦ ਦੇ ਭਰਾ, ਜਿਹੜੇ ਬਾਅਦ ਦੇ ਵਿੱਚ ਭਰਾ ਬਣਦੇ ਨੇ ਜਦੋਂ ਪਰਿਵਾਰ ਦੇ ਵਿੱਚ ਸਰਦਾਰ ਮੁਹੰਮਦ ਆਉਂਦਾ, ਸੁਰਜੀਤ ਨਾਮ ਰੱਖਿਆ ਜਾਂਦਾ, ਉਹ ਸਾਰੀ ਗੱਲਬਾਤ ਅਸੀਂ ਅੱਜ ਤੁਹਾਨੂੰ ਦੱਸਣੀ ਹੈ। ਜਿਹੜੇ ਪਾਤਰ ਫਿਲਮ ਦੇ ਵਿੱਚ ਵਿਖਾਏ ਜਾਂਦੇ ਨੇ ਉਹ ਅੱਜ ਰਿਐਲਿਟੀ ਦੇ ਵਿੱਚ ਮੇਰੇ ਨਾਲ ਨੇ। ਗੱਲ ਕਰ ਰਹੇ ਹਾਂ ਜੀ ਨਰਿੰਦਰਜੀਤ ਸਿੰਘ ਜੀ ਉਰਫ ਗੁੱਲੂ ਸਰਪੰਚ। ਬਹੁਤ ਬਹੁਤ ਸਵਾਗਤ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਮੈਂ ਸਭ ਤੋਂ ਪਹਿਲਾਂ ਸਰਪੰਚ ਸਾਹਿਬ ਤੁਹਾਤੋਂ ਪੁੱਛਣਾ ਚਾਹਾਂਗਾ ਕਿ ਆਪਣੇ ਪਰਿਵਾਰ ਨੂੰ ਲੈ ਕੇ ਹੀ ਇਹ ਫਿਲਮ ਬਣੀ ਜੀ? ਹਾਂਜੀ, ਇਹ ਬਿਲਕੁਲ ਇਹ ਸੰਨ 47 ਨੂੰ ਦੇ ਵਾਕਿਆ ਨੂੰ ਲੈ ਕੇ ਇਹ ਫਿਲਮ ਬਣੀ ਆ ਜੀ, ਕਿਉਂਕਿ ਸੰਨ 47 ਵਿੱਚ ਇੱਕ ਬੱਚਾ ਆਪਣੀ ਮਾਂ ਨਾਲ ਵਿਛੜ ਗਿਆ ਸੀ ਜੀ। ਉਹ ਬੱਚਾ ਹਾਲਾਤ ਦੇ ਲਿਹਾਜ਼ ਨਾਲ ਉਹ ਮੇਰੀ ਮਦਰ ਕੋਲ ਆਇਆ ਅਤੇ ਮੇਰੇ ਮਾਤਾ ਜੀ ਨੇ ਫਿਰ ਉਹ ਬੱਚੇ ਨੂੰ ਲੱਦਣੀ ਮੇਰੇ ਨਾਨਾ ਜੀ ਕਰਨਲ ਬਲਵੰਤ ਸਿੰਘ ਗੁਰੂ ਜੀ ਦੇ ਪਾਸ ਭੇਜਿਆ। ਲੱਦਣੀ ਬੱਚਾ 5 ਸਾਲ ਰਹਿਣ ਦੇ ਬਾਅਦ ਫਿਰ ਉਸ ਤੋਂ ਬਾਅਦ ਮੇਰੇ ਪਾਪਾ ਨੇ ਆਰਮੀ ਨੂੰ ਰਿਜ਼ਾਈਨ ਕੀਤਾ ਜੀ। 52 ਦੇ ਵਿੱਚ ਉਹ ਬੱਚਾ ਅਤੇ ਮੈਂ ਆਪਣਾ ਪਿੰਡ ਪੌਥ ਵਿਖੇ ਆ ਕੇ ਸੈਟਲ ਹੋਏ ਜੀ। ਇਸ ਤੋਂ ਬਾਅਦ ਸਾਰੀ ਸਾਡੀ 52 ਤੋਂ ਬਾਅਦ 82 ਤੱਕ ਇਹ ਸੁਰਜੀਤ ਸਿੰਘ ਔਰ ਸਦੀਕ ਮੁਹੰਮਦ ਜਿਹੜਾ ਕਿ ਫਿਲਮ ਦੇ ਵਿੱਚ ਸਰਦਾਰ ਮੁਹੰਮਦ ਦਾ ਰੋਲ ਹੈ ਉਹ ਅਤੇ ਮੈਂ ਇਕੱਠੇ ਹੀ ਰਹੇ। ਸਾਰੀ ਸਟੋਰੀ ਕੀ ਸੀ, ਸਾਰੀ ਸਟੋਰੀ ਬਾਰੇ ਜ਼ਰੂਰ ਦੱਸਿਓ, ਕਿਉਂਕਿ ਉਹਦੇ ਵਿੱਚ ਥੋੜ੍ਹਾ ਮੱਖਣ ਮਸਾਲਾ ਹੋ ਸਕਦਾ, ਪਰ ਅਸਲ ਦੇ ਵਿੱਚ ਕੀ ਹੋਇਆ ਸੀ,
ਤੁਸੀਂ ਪਾਕਿਸਤਾਨ ਕਿਵੇਂ ਜਾਂਦੇ ਹੋ, ਸੁਰਜੀਤ ਸਿੰਘ ਤੁਹਾਡੇ ਕੋਲ ਕਿਵੇਂ ਆਉਂਦੇ ਹੈ, ਉਰਫ ਮੁਹੰਮਦ ਜੀ ਕਿਵੇਂ ਆਉਂਦੇ ਨੇ? ਦੇਖੋ ਜੀ, ਪਹਿਲੀ ਗੱਲ, ਪਿਕਚਰ ਦੇ ਵਿੱਚ 80% ਜੋ ਵੀ ਡਾਇਲੋਗ ਹਾਲਾਤ ਉਹ ਓਰਿਜਨਲ ਨੇ। ਹਾਂ, ਦੇਖੋ 20% ਤਾਂ ਪਿਕਚਰ ਨੂੰ ਕਾਮਯਾਬ ਕਰਨ ਲਈ ਕਰਨਾ ਪੈਂਦਾ, ਉਹ ਥੋੜ੍ਹਾ 19 ਸਟੋਰੀ ਨੂੰ ਵੀ ਚੇਂਜ ਕਰਨਾ ਪੈਂਦਾ ਜੀ, ਅਤੇ ਹਾਲਾਤ ਨੂੰ ਵੀ ਚੇਂਜ ਕਰਨਾ ਪੈਂਦਾ। ਅਤੇ ਹਕੀਕਤ ਇਹ ਆ ਕਿ ਮੇਰੇ ਪਾਪਾ ਉਦੋਂ ਆਰਮੀ 'ਚ ਪੋਸਟਡ ਸੀ ਜੀ, ਅਤੇ ਮੇਰੇ ਮਦਰ ਫਰੀਦਕੋਟ ਰਹਿੰਦੇ ਸੀ। ਮੇਰੇ ਮਦਰ ਨੂੰ ਉਹਨਾਂ ਦੇ ਨੌਕਰ ਨੇ ਆ ਕੇ ਦੱਸਿਆ ਵੀ ਇੱਕ ਮੁਸਲਮਾਨਾਂ ਦਾ ਲੜਕਾ ਬਾਲਮੀਕੀਆਂ ਦੇ ਘਰ ਰਹਿੰਦਾ, ਉਹਨੂੰ ਤੰਗ ਪਰੇਸ਼ਾਨ ਕਰਦੇ ਨੇ ਜੀ। ਮੇਰੇ ਮਾਤਾ ਜੀ ਨੇ ਕਿਹਾ ਵੀ ਦੂਸਰੇ ਦਿਨ ਵੀ ਉਹਨੂੰ ਲੈ ਕੇ ਸਾਡੇ ਕੋਲ ਆ। ਉਹ ਨੌਕਰ ਗਿਆ ਤਾਂ ਉਹਨਾਂ ਨੇ ਬੱਚਾ 1 ਮਿੰਟ ਦੇ ਵਿੱਚ ਉਹਨਾਂ ਨੂੰ ਦੇ ਦਿੱਤਾ। ਉਹ ਬੱਚਾ ਜਦੋਂ ਆਇਆ ਤਾਂ ਹਾਲਤ ਬੜੀ ਮਾੜੀ ਸੀ, ਲੱਤ ਦੇ ਉੱਤੇ ਜ਼ਖਮ ਸੀ, ਪਾਕ ਪਈ ਹੋਈ ਸੀ। ਉਹ ਬੱਚੇ ਨੂੰ ਨਲਾ ਧਲਾ ਕੇ ਦੂਜੇ ਦਿਨੇ ਕੱਪੜੇ ਦੇ ਕੇ ਮੇਰੇ ਮਾਤਾ ਜੀ ਨੇ ਨੌਕਰ ਨੂੰ ਦੇ ਕੇ ਲੱਦੜੀ ਮੇਰੇ ਨਾਨਾ ਜੀ ਦੇ ਕੋਲ ਭੇਜ ਦਿੱਤਾ। ਔਰ ਉੱਥੇ ਹੀ ਉਹ ਬੱਚਾ ਰਿਹਾ। ਉਹ ਤੋਂ ਬੱਚੇ ਤੋਂ ਰਹਿਣ ਤੋਂ ਬਾਅਦ ਅਤੇ ਫਿਰ ਜਦੋਂ ਪਾਪਾ ਜੀ ਨੇ ਆਰਮੀ ਛੱਡੀ ਤਾਂ ਉਹ ਬੱਚਾ ਬਹੁਤ ਆ ਗਿਆ। ਉਹ ਬਹੁਤ ਦੇ ਨਾਲ ਮੈਂ ਉਸ ਤੋਂ, ਕਿਉਂਕਿ 4 ਸਾਲ ਛੋਟਾ ਸੀ, ਫਿਰ ਮੈਂ ਅਤੇ ਬਾਈ ਸੁਰਜੀਤ ਦੋਨੋਂ ਜਾਣੇ ਸਨ 82 ਪਾਕਿਸਤਾਨ ਛੱਡ ਕੇ ਆਉਣ ਤੱਕ ਇਕੱਠੇ ਹੀ ਰਹੇ। ਅੱਛਾ ਜੀ, ਅਤੇ ਉਹ ਬੱਚਾ ਆਇਆ ਪਿੱਛੇ ਬਾਲਮੀਕੀਆਂ ਦੇ ਕੋਲ ਕਿੱਥੋਂ ਆਇਆ ਸੀ ਜੀ? ਕੀ ਹਾਲਾਤ? ਮੁਕਤਸਰ ਦੇ ਕੋਲ ਜਦੋਂ ਇਹ ਪਾਕਿਸਤਾਨ ਮੁਸਲਮਾਨਾਂ ਦਾ ਜਥਾ ਜਾਣ ਲੱਗਿਆ ਤਾਂ ਇਹਦੇ ਉੱਤੇ ਕੁਛ ਗਲਤ ਬੰਦਿਆਂ ਨੇ ਹਮਲਾ ਕੀਤਾ ਜੀ। ਉੱਥੇ ਕਾਫੀ ਮੁਸਲਮਾਨ ਭਰਾ ਮਾਰੇ ਗਏ, ਵੱਡੇ ਟੁੱਕੇ ਗਏ। ਉਹਦੇ ਵਿੱਚ ਇਹ ਬੱਚਾ ਵੀ ਆਪਣੇ ਮਾਂ ਬਾਪ ਨਾਲੋਂ ਵਿਛੜ ਗਿਆ, ਅਤੇ ਉਹ ਵਿਛੜਨ ਦੇ ਕਾਰਨ ਹੀ ਉਹਦੇ ਕੋਲ ਚਲਿਆ ਗਿਆ ਅਤੇ ਉਸ ਤੋਂ ਬਾਅਦ ਸਾਡੇ ਕੋਲ ਆਇਆ। ਤੁਹਾਡੇ ਪਰਿਵਾਰ ਦੇ ਵਿੱਚ ਫਿਰ ਕਿਵੇਂ, ਕਿੰਨੀ ਕੁ ਉਮਰ ਸੀ ਜਦੋਂ ਆਇਆ ਜੀ ਇਹ, ਕਿਵੇਂ ਫਿਰ ਰਹੇ ਤੁਸੀਂ ਇਕੱਠੇ, ਕਿੰਨਾ ਕੁ ਚਿਰ ਰਹੇ? ਇਹ ਜਦੋਂ ਸਾਡੇ ਪਰਿਵਾਰ ਕੋ ਆਇਆ ਸੰਨ 47 ਵਿੱਚ, ਉਦੋਂ ਇਸਦੀ ਵੱਧ ਤੋਂ ਵੱਧ ਉਮਰ 4-5 ਸਾਲ ਸੀ। ਅੱਛਾ ਜੀ, ਅਤੇ ਇਹਨੂੰ ਕੋਈ ਲੰਬਾ ਚੌੜਾ ਇੰਨਾ ਨਹੀਂ ਸੀ ਯਾਦ, ਇਹਨੂੰ ਸਿਰਫ 2-3 ਨੌਂ ਹੀ ਯਾਦ ਸਨ। ਉਹ 2-3 ਨੌਵਾਂ ਦੇ ਬਿਨਾ ਦੇ ਉੱਤੇ ਹੀ ਅਸੀਂ ਇਹਦਾ ਪਰਿਵਾਰ ਨੂੰ ਸਭ ਕੁਝ ਲੱਭ ਸਕੇ, ਕਿਉਂਕਿ ਇਹਦਾ ਪਿਛਲਾ ਪਿੰਡ ਅਬਲੂ ਸੀ ਜੋ ਕਿ ਬਠਿੰਡੇ ਕੋਲ ਸੀ। ਲੱਭਿਆ ਕਿਵੇਂ ਜੀ ਫਿਰ ਤੁਸੀਂ? ਸਾਡੇ ਲੱਭਣ ਦਾ ਕਾਰਨ ਇਹ ਸੀ ਕਿ ਅਸੀਂ ਪਹਿਲਾਂ ਮੁਕਤਸਰ ਗਏ, ਇਹ ਮੁਕਤਸਰ ਨੀਅਰ ਅਬਾਊਟ 70 ਦੀ ਗੱਲ ਆ। 70 'ਚ ਜਦੋਂ ਅਸੀਂ ਉੱਥੇ ਗਏ, ਉੱਥੇ ਜਾ ਕੇ ਜਦੋਂ ਪਤਾ ਲੱਗਿਆ ਜੀ ਬਈ ਵੀ ਕੋਈ ਇੱਦਾਂ ਇੱਦਾਂ ਦੇ ਨਾਂ ਦੇ ਸਾਨੂੰ ਅਬਲੂ, ਕੇਸਰ ਅਤੇ ਠੋਲਾ 3 ਨਾਵਾਂ ਦਾ ਬਾਈ ਨੂੰ ਪਤਾ ਸੀ, ਉਹਨਾਂ ਦੇ ਵਿੱਚ ਪਤਾ ਕਰਨ ਤੋਂ ਬਾਅਦ ਅਸੀਂ ਆਪਣਾ ਉਹਦੇ ਪਿੰਡ ਗਏ। ਅੱਛਾ ਜੀ, ਪਿੰਡ ਵਿੱਚ ਫਿਰ ਇਹਦਾ ਸਕਾ ਚਾਚਾ ਸਾਨੂੰ ਛੇੜ ਸਿੰਘ ਮਿਲ ਗਿਆ, ਅਤੇ ਛੇੜ ਸਿੰਘ ਦੇ ਮਿਲਣ ਤੋਂ ਬਾਅਦ ਫਿਰ ਸਾਰੀ ਕਹਾਣੀ ਅੱਗੇ ਚੱਲੀ। ਠੀਕ ਹੈ, ਅਤੇ ਸੁਰਜੀਤ ਦਾ ਨਾਮ ਸੁਰਜੀਤ ਤੁਸੀਂ ਰੱਖਿਆ ਸੀ ਜਾਂ ਫਿਰ ਕਿਵੇਂ ਰੱਖਿਆ ਗਿਆ ਹੈ? ਸੁਰਜੀਤ ਨਾਮ ਕਿਹਨੇ ਦਿੱਤਾ ਜੀ? ਸੁਰਜੀਤ ਦਾ ਮਤਲਬ ਹੁੰਦਾ ਮਰ ਕੇ ਜਿਉਂਦਾ ਹੋਣਾ ਜੀ, ਜਿਉਂਦਾ ਰਹਿਣਾ ਸੁਰਜੀਤ, ਕਿਉਂਕਿ ਇਹ ਅਸਲੀ ਨਾਮ ਤਾਂ ਆਪਣਾ ਦੱਸ ਨਹੀਂ ਸਕਦਾ ਸੀ। ਸਦੀਕ ਕਹਿੰਦਾ ਸੀ ਜੀ, ਸੱਸਾ ਨਾਂ ਤਾਂ ਇਹਦੇ ਕੋਲ ਸੀਗਾ ਹੀ, ਫਿਰ ਸੱਸੇ ਤੋਂ ਸਦੀਕ ਤੋਂ ਸੁਰਜੀਤ ਸਿੰਘ ਇਹ ਬਣ ਗਿਆ। ਅੱਛਾ, ਹਾਂ, ਤੁਹਾਡੇ ਨਾਲ ਕਿਵੇਂ ਦਾ ਪਿਆਰ ਰਿਹਾ, ਮੁਹੱਬਤ ਕਿਵੇਂ ਫਿਰ ਇਕੱਠੇ ਤੁਸੀਂ ਖੇਡਦੇ ਸੀ ਜਦੋਂ ਫਿਰ ਸਕੇ ਭਾਈਆਂ ਵਾਂਗੂ ਰਹਿਣ ਲੱਗ ਗਏ ਸੀ? ਜੋ ਪਿਆਰ ਮੈਨੂੰ ਸੁਰਜੀਤ ਨੇ ਦਿੱਤਾ ਜੀ, ਉਹਨਾਂ ਪਿਆਰ ਮੈਨੂੰ ਮੇਰੇ ਪਰਿਵਾਰ ਦੇ ਕਿਸੇ ਵੀ ਮੈਂਬਰ ਤੋਂ ਨਹੀਂ ਮਿਲਿਆ। ਬਸ ਮੈਂ ਸਪੈਸ਼ਲੀ ਨਾਂ ਨਹੀਂ ਲਊਂਗਾ, ਕਿਸੇ ਵੀ ਮੈਂਬਰ ਤੋਂ ਮੈਨੂੰ ਉਹਨਾਂ ਪਿਆਰ ਨਹੀਂ ਮਿਲਿਆ ਜੋ ਮੈਨੂੰ ਸੁਰਜੀਤ ਬਾਈ ਨੇ ਦਿੱਤਾ। ਕਿਉਂਕਿ ਜਦ ਵੀ ਮੈਨੂੰ ਕਦੇ ਕੋਈ ਪ੍ਰੋਬਲਮ ਆਈ ਜੀ, ਉਹ ਮੇਰੀ ਹਰੇਕ ਪ੍ਰੋਬਲਮ ਸੁਰਜੀਤ ਬਾਈ ਨੇ ਹੀ ਸੋਲਵ ਕੀਤੀ। ਅੱਛਾ, ਹਾਂ, ਚਾਹੇ ਲੜਨ ਭਿੜਨ ਦੀ ਹੋਵੇ, ਚਾਹੇ ਕਿਸੇ ਕਿਸਮ ਦੀ ਵੀ ਹੋਵੇ, ਅਤੇ ਹਰੇਕ ਚੀਜ਼ ਮੈਂ ਇਹ ਵੀ ਕਹੂੰਗਾ ਵੀ ਜਿਹੜਾ ਮੈਨੂੰ ਸੱਚੇ ਪਾਤਸ਼ਾਹ ਨੇ ਅੱਜ ਇਸ ਮੰਜ਼ਿਲ 'ਤੇ ਪਹੁੰਚਾਇਆ, ਜੇ ਬਾਈ ਸੁਰਜੀਤ ਬਚਪਨ 'ਚ ਮੇਰੇ ਸਿਰ 'ਤੇ ਹੱਥ ਨਾ ਰੱਖਦਾ ਸ਼ਾਇਦ ਮੈਂ ਇੱਥੇ ਨਾ ਹੁੰਦਾ। ਅੱਛਾ, ਇੰਨਾ ਬਾਈ ਸੁਰਜੀਤ ਦਾ ਮੇਰੀ ਜ਼ਿੰਦਗੀ 'ਚ ਰੋਲ ਆ। ਪਾਕਿਸਤਾਨ ਤੁਸੀਂ ਜਾਂਦੇ ਹੋ ਸੁਰਜੀਤ ਦੇ ਨਾਲ, ਕਿਵੇਂ ਵਿੱਧ ਬਣਦੀ ਹੈ ਫਿਰ? ਤੁਹਾਨੂੰ ਹੀ ਪਰਿਵਾਰ ਦੇ ਵਿੱਚੋਂ ਚੁਣਿਆ ਜਾਂਦਾ ਹੈ ਵੀ ਤੁਸੀਂ ਜਾਣਾ ਜੀ ਪਾਕਿਸਤਾਨ ਸੁਰਜੀਤ ਦੇ ਨਾਲ, ਕਿਵੇਂ ਜਾਂਦੇ ਹੋ? ਉਹ ਚੁਣਿਆ ਜਾਣਾ ਤਾਂ ਦੇਖੋ ਜੀ,
ਉਸ ਵਕਤ ਜਿਸ ਵਕਤ ਇਹ ਬਾਈ ਸੁਰਜੀਤ ਬਾਹਰ ਜਾਂਦਾ, ਉਸ ਵਕਤ ਸਾਡੀ ਫੈਮਿਲੀ ਸਾਡੀ ਅੱਡ ਅੱਡ ਹੋ ਚੁੱਕੀ ਸੀ ਜੀ। ਅਸੀਂ ਚਾਰੇ ਭਰਾ, ਮੈਂ ਸਾਰਿਆਂ ਨਾਲੋਂ ਛੋਟਾ ਸੀ, ਉਹ ਵੀ ਅੱਡ ਹੋ ਗਈ ਸੀ। ਅਤੇ ਅੱਡ ਹੋਣ ਤੋਂ ਬਾਅਦ ਵੀ ਬਾਕੀ ਜਿਹੜੀ ਤੁਹਾਨੂੰ ਮੈਂ ਗੱਲ ਦੱਸੀ ਆ ਵੀ ਬਚਪਨ ਤੋਂ ਬਾਈ ਸੁਰਜੀਤ ਦੇ ਨਾਲ ਮੇਰਾ ਪਿਆਰ ਜ਼ਿਆਦਾ ਸੀ ਜੀ। ਅਤੇ ਇੱਕ ਪਿਆਰ ਜ਼ਿਆਦਾ ਸੀ, ਫਿਰ ਦੂਜੀ ਗੱਲ ਕੁਦਰਤੀ ਗੱਲ ਆ ਵੀ ਜਦੋਂ ਕੋਈ ਬਾਹਰ ਜਾਂਦਾ ਉਹ ਟਾਈਮ ਵੀ ਖਰਾਬ ਕਰਦਾ ਅਤੇ ਪੈਸਾ ਵੀ ਲੱਗਦਾ। ਸਾਰੀਆਂ ਚੀਜ਼ਾਂ ਲਾ ਕੇ ਹੀ ਕਿਸੇ ਦਾ ਕੋਈ ਕੀਤਾ ਜਾ ਸਕਦਾ ਹੈਗਾ। ਉਹ ਫਿਰ ਮੈਂ ਆਪਣੇ ਆਪ ਕਿਹਾ ਵੀ ਮੈਂ, ਉਹਨੇ ਵੀ ਕਹਿਤਾ ਸੀ ਵੀ ਮੈਨੂੰ ਗੁੱਲੂ ਛੱਡਣ ਜਾਊਗਾ, ਅਤੇ ਮੈਂ ਵੀ ਕਹਿਤਾ ਵੀ ਮੈਂ ਬਾਈ ਨੂੰ ਮੈਂ ਛੱਡਣ ਜਾਂਦਾ। ਠੀਕ ਹੈ, ਹਾਂਜੀ। ਅਤੇ ਸੁਰਜੀਤ, ਜਿਵੇਂ ਪਾਕਿਸਤਾਨ ਦੀ ਗੱਲ ਕਰਦੇ ਹਾਂ ਆਪਾਂ, ਉਹਦੇ ਪਰਿਵਾਰ ਨੂੰ ਪਤਾ ਲੱਗਦਾ, ਉਹ ਕਿਹਦੇ ਜ਼ਰੀਏ ਪਤਾ ਲੱਗਦਾ ਵੀ ਤੁਹਾਡੇ ਪਰਿਵਾਰ ਦੇ ਵਿੱਚ ਸੁਰਜੀਤ ਰਹਿ ਰਿਹਾ? ਅਸੀਂ ਮੁਕਤਸਰ ਗਏ ਸੀ ਜੀ ਮਾਘੀ ਦੇ ਉੱਤੇ, ਉੱਥੇ ਕਈ ਬੰਦਿਆਂ ਨੂੰ ਪੁੱਛਿਆ। ਬੰਦਾ ਕੌਣ ਸੀ ਜੀ? ਹਾਂ, ਮੈਂ ਉਹ ਵੀ ਜਦੋਂ ਮੁਕਤਸਰ ਗਏ ਕਈ ਬੰਦਿਆਂ ਨੂੰ ਪੁੱਛਿਆ, ਪਹਿਲੇ ਦਾ ਨਾਂ ਪਤਾ ਲੱਗਿਆ, ਦੂਸਰੇ ਦਾ ਸਾਨੂੰ ਪਤਾ ਲੱਗਿਆ ਵੀ ਅਬਲੂ ਕੇਸਰ ਕੋਈ ਪਿੰਡ ਨਹੀਂ ਹੈਗਾ, ਬਈ ਇੱਕ ਅਬਲੂ ਪਿੰਡ ਹੈਗਾ, ਕੇਸਰ ਅਤੇ ਠੋਲਾ ਕੋਈ ਪਿੰਡ ਨਹੀਂ, ਅਤੇ ਇੱਕ ਠੋਲਾ ਪਿੰਡ ਹੈਗਾ, ਨਹੀਂ ਸੋਰੀ ਆਪਣਾ ਅਬਲੂ ਹੈਗਾ। ਅਸੀਂ ਅਬਲੂ ਗਏ, ਵੱਡੇ ਬ੍ਰਦਰ ਨਾਲ ਸੀ ਹਰਜੀਤ ਸਿੰਘ ਜਿਹਨਾਂ ਨੂੰ ਬਾਬੂ ਜੀ ਕਹਿੰਦੇ ਸੀ, ਉੱਥੇ ਜਾ ਕੇ ਪਤਾ ਕੀਤਾ ਤਾਂ ਉੱਥੋਂ ਸਾਨੂੰ ਇੰਨਾ ਪਤਾ ਲੱਗ ਗਿਆ ਬਈ ਇਹ ਉੱਥੇ ਉਹਦਾ ਇੱਕ ਸਕਾ ਚਾਚਾ ਰਹਿੰਦਾ। ਸਕੇ ਚਾਚੇ ਤੋਂ ਨਿਸ਼ਾਨੀਆਂ ਪੁੱਛੀਆਂ ਜੀ, ਸਕੇ ਚਾਚੇ ਨੇ ਦੱਸਿਆ ਵੀ ਉਹਦੀ ਖੱਬੀ ਲੱਤ ਦੇ ਉੱਤੇ ਬਹੁਤ ਵੱਡਾ ਜ਼ਖਮ ਦਾ ਨਿਸ਼ਾਨ ਸੀ, ਉਹ ਜ਼ਖਮ ਦੇ ਨਿਸ਼ਾਨ ਦਾ ਅਸੀਂ ਲੈ ਕੇ ਅਸੀਂ ਪਿੰਡ ਆ ਕੇ ਫਿਰ ਉਹਨੂੰ ਚਿੱਠੀ ਪਾਈ। ਉਹ ਜੋ ਚਿੱਠੀ ਦੇ ਉੱਤੇ ਜਦੋਂ ਉਹ ਪਿੰਡ ਆਇਆ ਤਾਂ ਉਹਨੇ ਪਾਪਾ ਜੀ ਨੂੰ ਆਉਂਦਿਆਂ ਨੂੰ ਇਹ ਪਛਾਣ ਲਿਆ, ਕਿਉਂਕਿ ਪਾਪਾ ਜੀ ਪਹਿਲਾਂ ਪੁਲਿਸ 'ਚ DSP ਹੁੰਦੇ ਸੀ। ਅੱਛਾ ਜੀ। ਅਤੇ DSP ਆਉਣ ਕਰਕੇ ਉਹਨਾਂ ਨੂੰ ਡਿਪਟੀ ਤੱਖੜ ਦੇ ਨਾਂ 'ਤੇ ਮਸ਼ਹੂਰ ਸੀ। ਬਾਈ ਸੁਰਜੀਤ ਦੇ ਪਿੰਡ ਦਾ ਇੱਕ ਡਾਕੂ ਸੀ, ਉਹ ਪਾਪਾ ਜੀ ਨੇ ਕਾਊਂਟਰ 'ਚ ਮਾਰਿਆ ਸੀ, ਜਿਹਦੀ ਬਦੌਲਤ ਪਾਪਾ ਜੀ ਨੂੰ ਪੁਲਿਸ ਛੱਡ ਕੇ ਇੰਡੀਅਨ ਆਰਮੀ ਦੇ ਵਿੱਚ 44 ਲੈਫਟੀਨੈਂਟ ਭਰਤੀ ਹੋਣਾ ਪਿਆ। ਅਤੇ ਛੱਡਣੀ ਕਿਉਂ ਪਈ ਸੀ ਜੀ? ਫਿਰ ਉਹ ਮੇਰੇ ਨਾਨਾ ਜੀ ਆਰਮੀ ਦੇ ਰਿਟਾਇਰਡ ਕਰਨਲ ਸੀ, ਸਾਡੇ ਹੋਰ ਵੀ ਫੈਮਿਲੀ ਮੈਂਬਰ ਜ਼ਿਆਦਾ ਆਰਮੀ ਸੀ, ਉਹ ਸਾਰਿਆਂ ਨੇ ਫਿਰ ਇਹੀ ਸਲਾਹ ਕੀਤੀ ਵੀ ਕਾਕਾ ਤੂੰ ਗਰਮ ਹੈ ਪੁਲਿਸ ਵਾਲਾ ਮਹਿਕਮਾ, ਬਈ ਮਾਰ ਮਰੀ ਵਾਲਾ, ਬਈ ਤੂੰ ਇਹ ਪੁਲਿਸ 'ਚ ਤੂੰ ਆ, ਤੂੰ ਇਹਨੂੰ ਰਿਜ਼ਾਈਨ ਕਰ। ਅਤੇ ਕਿਉਂਕਿ ਉਦੋਂ ਰਿਆਸਤ ਦੀ ਪੁਲਿਸ ਹੁੰਦੀ ਸੀ, ਫਰੀਦਕੋਟ ਰਿਆਸਤ 'ਚ ਪਾਪਾ ਹੀ ਨੌਕਰੀ ਕਰਦੇ ਸੀ, ਫਿਰ ਉਹ ਰਿਆਸਤ ਦੀ ਨੌਕਰੀ ਛੱਡ ਕੇ ਫਿਰ ਇੰਡੀਅਨ ਗੌਰਮੈਂਟ ਅੰਗਰੇਜ਼ਾਂ ਦੇ ਅਤੇ ਸਾਨੂੰ ਇਹ ਲੈਫਟੀਨੈਂਟ ਭਰਤੀ ਹੋ ਗਈ ਸੀ। ਔਰ ਜਦੋਂ ਇਹਦਾ ਚਾਚਾ ਉੱਥੋਂ ਦਾ ਛੇੜ ਸੀ ਜਿਹੜਾ ਸਾਨੂੰ ਅਬਲੂ ਗਏ 'ਚ ਮਿਲਿਆ ਸੀ, ਜਦੋਂ ਆਇਆ ਉਹਨੇ ਪਾਪਾ ਜੀ ਨੂੰ ਪਛਾਣ ਵੀ ਲਿਆ ਸੀ ਬਈ ਇਹ ਤਾਂ ਡਿਪਟੀ ਤੱਖੜ ਨੇ, ਫਿਰ ਉਹਨੇ ਲੱਤ ਦਾ ਨਿਸ਼ਾਨ ਦੇਖ ਕੇ ਇਹ ਰੈਕੋਗਨਾਈਜ਼ ਕਰਤਾ ਸੀ ਬਈ ਇਹ ਵਾਕਿਆ ਹੀ ਸਾਡਾ ਮੁੰਡਾ ਹੈ। ਜਦੋਂ ਸੁਰਜੀਤ ਪਹਿਲੀ ਵਾਰ ਆਪਣੇ ਮਾਤਾ ਪਿਤਾ ਨੂੰ ਮਿਲਦਾ ਜੀ ਵਿਛੜਨ ਤੋਂ ਬਾਅਦ, ਵਿਛੋੜੇ ਲੰਮੇ ਤੋਂ ਬਾਅਦ, ਕਿੰਨੀ ਕੁ ਉਮਰ ਸੀ ਜੀ ਉਦੋਂ? ਉਸ ਵਕਤ 36 ਦਾ ਹੋਊਗਾ। 36? ਹਾਂ, ਉਦੋਂ ਪਰਿਵਾਰ ਦਾ? ਹਾਂਜੀ, ਮੈਂ ਵੀ ਉਦੋਂ ਨਹੀਂ ਸੋਰੀ 36 ਦਾ ਨਹੀਂ, ਉਦੋਂ 37-38 ਦਾ ਹੋ ਗਿਆ ਸੀ, ਕਿਉਂਕਿ ਮਾਂ ਬਾਪ ਦਾ ਪਤਾ ਉਹਨੂੰ 69 ਦੇ 'ਚ ਪਤਾ ਲੱਗ ਗਿਆ ਸੀ। ਅੱਛਾ। ਉਦੋਂ ਬਾਅਦ ਪਾਸਪੋਰਟ ਬਣਾਉਂਦੇ ਕਰਦੇ ਲੇਟ ਹੁੰਦੇ, ਜਦੋਂ ਅਸੀਂ ਜਾਣ ਲੱਗੇ 71 ਦੀ ਲੜਾਈ ਲੱਗ ਗਈ ਸੀ, 71 ਦੀ ਲੜਾਈ ਤੋਂ ਬਾਅਦ ਹਿੰਦੁਸਤਾਨ ਅਤੇ ਪਾਕਿਸਤਾਨ 'ਚ ਆਉਣਾ ਜਾਣਾ ਦੋਨੇ ਗੌਰਮੈਂਟਾਂ ਨੇ ਬੰਦ ਕਰਤਾ ਸੀ, ਉਹਦੇ ਕਰਕੇ ਸਾਲ ਦਾ ਰਿਹਾ ਸੀ ਬੰਦ। ਹਾਂ, ਉਹ ਬੰਦ ਰਹਿਣ ਕਰਕੇ ਜਦੋਂ ਫਿਰ ਖੁੱਲ੍ਹਿਆ ਸਾਲ 2 ਸਾਨੂੰ ਨਾ ਪਤਾ ਲੱਗਿਆ, ਫਿਰ ਮੇਰੀ ਭਤੀਜੀ ਦੀ ਮੈਰਿਜ ਆ ਗਈ ਜੀ, ਫਿਰ ਉਹ ਕਹਿੰਦਾ 1 ਅਟ ਕੇ ਚੱਲ ਜਾਵਾਂਗੇ। ਮੇਰੇ ਬਸਾਂ ਨੂੰ ਵੱਡੇ ਬਾਈ ਰਣਜੀਤ ਸਿੰਘ ਦੀ ਬੇਟੀ ਦੀ ਸ਼ਾਦੀ ਸੀ, ਉਹ ਬੇਟੀ ਦੀ ਸ਼ਾਦੀ ਕਰਨ ਤੋਂ ਬਾਅਦ ਫਿਰ ਅਸੀਂ ਦੋਨੇ ਭਾਈ ਵਾਹਗਾ ਬਾਰਡਰ ਰਹੇ ਪਾਕਿਸਤਾਨ ਗਏ। ਜਦੋਂ ਉੱਥੇ ਵੀਜ਼ਾ ਮਿਲਿਆ ਫਿਰ ਆਸਾਨੀ ਨਾਲ ਮਿਲ ਗਿਆ ਸੀ ਵੀਜ਼ਾ ਜੀ? ਨਹੀਂ, ਪਹਿਲਾਂ ਉੱਥੇ ਸੈਕਟਰੀ ਫਾਸੀ ਸ਼ਮੀਉੱਲਾ ਉਹਨਾਂ ਨੇ ਇਹਦਾ ਪਹਿਲਾਂ ਵੀਜ਼ਾ ਦੇਣ ਤੋਂ ਥੋੜ੍ਹਾ ਜਿਹਾ ਇਨਕਾਰ ਕਰਨ ਲੱਗੇ ਸੀ ਵੀ ਉਹ ਕਹਿੰਦੇ ਵੀ ਤੂੰ ਸਰਦਾਰ ਕਿਉਂ। ਉਹਨਾਂ ਨੇ ਜਦੋਂ ਕੁਐਸਚਨ ਕੀਤਾ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਜਦੋਂ ਇਹ ਸਰਦਾਰ ਫੈਮਿਲੀ 'ਚ ਰਹਿੰਦਾ ਤਾਂ ਇਹਨੇ ਪਗੜੀ ਤਾਂ ਬੰਨਣੀ ਹੋ ਜੀ। ਅਤੇ ਫਿਰ ਮੈਂ ਉਹਨੂੰ ਦੂਜੀ ਮੈਨੂੰ ਕਹਿੰਦਾ ਤੁਸੀਂ ਕਿਉਂ ਨਾਲ ਜਾਣਾ ਚਾਹੁੰਦੇ ਹੋ? ਮੈਂ ਕਿਹਾ ਵੀ ਇਹਨਾਂ ਨੇ ਜਦੋਂ ਸਾਡੇ ਭੈਣ ਭਰਾਵਾਂ ਦੀ ਇੱਥੇ ਸ਼ਾਦੀ ਕੀਤੀ ਆ, ਯੋਗਦਾਨ ਪਾਇਆ, ਹੁਣ ਇਹਦੇ ਉੱਥੇ ਸ਼ਾਦੀ ਆ ਤਾਂ ਮੈਂ ਵੀ ਚਾਹੁੰਦਾ ਕਿ ਮੈਂ ਵੀ ਜਾ ਕੇ ਉੱਥੇ ਇਹਨਾਂ ਦੇ ਯੋਗਦਾਨ ਪਾਵਾਂ। ਪਹਿਲਾਂ ਉਹਨਾਂ ਨੇ 15 ਦਾ ਵੀਜ਼ਾ ਦਿੱਤਾ ਸੀ, ਫਿਰ ਗੱਲ ਸੁਣਨ ਤੋਂ ਬਾਅਦ ਕੱਟ ਕੇ ਫਿਰ ਉਹਨਾਂ ਨੇ 1 ਦਾ ਕੀਤਾ, ਫਿਰ ਉੱਥੇ ਪਾਕਿਸਤਾਨ 'ਚ ਜਾ ਕੇ ਆਪਣੇ
ਡਾਕਟਰ ਬਸ਼ੀਰ ਮੁਹੰਮਦ ਜੀ ਨੇ ਬਹੁਤ ਜ਼ਿਆਦਾ ਯੋਗਦਾਨ ਪਾਇਆ। ਚੇਅਰਮੈਨ ਚੌਧਰੀ ਨੇ ਮੁਹੰਮਦ, ਇੱਕ ਹੋਰ ਸੀ ਉਹ ਲਾਹੌਰ ਰਹਿੰਦੇ ਸੀ, ਮੈਨੂੰ ਉਹਨਾਂ ਨਾਂ ਨਹੀਂ ਯਾਦ। ਉਹਨਾਂ ਦਾ ਇਹ ਤਿੰਨ ਫੈਮਿਲੀਆਂ ਦਾ ਬਹੁਤ ਜ਼ਿਆਦਾ ਯੋਗਦਾਨ। ਮੈਂ ਲਾਹੌਰ ਉਹਨਾਂ ਕੋਲ ਜਾ ਕੇ ਰਹਿੰਦਾ ਵੀ ਰਿਹਾ, ਉਹੀ ਫਿਰ ਸਾਡਾ ਦੋਨੇ ਭਰਾਵਾਂ ਦਾ ਮਹੀਨੇ ਮਹੀਨੇ ਦਾ ਵੀਜ਼ਾ ਐਕਸਟੈਂਡ ਕਰਵਾਉਂਦੇ ਰਹੇ ਅਤੇ ਉਹ ਤਿੰਨ ਮਹੀਨੇ ਵੀਜ਼ਾ ਉੱਥੇ ਐਕਸਟੈਂਡ ਹੁੰਦਾ ਰਿਹਾ। ਪੂਰੇ 90 ਦਿਨ ਲਾ ਕੇ ਮੈਂ ਬਾਈ ਨੂੰ ਉੱਥੇ ਸੈੱਟ ਕਰਕੇ ਟੈਂਪਰੇਰੀ ਵੀਜ਼ਾ ਦਵਾ ਕੇ ਫਿਰ ਮੰਡੀ ਆਇਆ। ਜਦੋਂ ਉਹਨਾਂ ਨੇ ਪਰਿਵਾਰ ਨੇ, ਤੁਸੀਂ ਵੀ ਨਾਲ ਜਾਂਦੇ ਹੋ, ਤੁਹਾਨੂੰ ਦੋਨਾਂ ਨੂੰ ਦੇਖਦੇ ਹੋ, ਮਾਤਾ ਜੀ ਪਛਾਣ ਜਾਂਦੇ ਨੇ ਬੇਟੇ ਨੂੰ ਆਪਣੇ ਨੂੰ? ਨਹੀਂ, ਮਾਤਾ ਬਿਲਕੁਲ ਅੱਖਾਂ ਤੋਂ ਨਹੀਂ ਸੀ। ਅੱਛਾ ਜੀ। ਅਸੀਂ ਰਾਤ ਨੂੰ ਘਰ ਗਏ। ਅੱਛਾ। ਉਸ ਵਕਤ ਕਿਸੇ ਵੀ ਫੈਮਿਲੀ ਮੈਂਬਰ ਨੂੰ ਸਵੇਰ ਤੱਕ, ਦੂਜੇ ਦਿਨ ਤੱਕ ਇਹ ਨਹੀਂ ਸੀ ਪਤਾ ਸਾਡੇ ਦੋਨਾਂ 'ਚੋਂ ਕੌਣ ਮੁਸਲਮਾਨ ਆ ਅਤੇ ਕੌਣ ਸਿੱਖ ਆ, ਕਿਉਂਕਿ ਨਾ ਹੀ ਕਿਸੇ ਨੇ ਸਾਨੂੰ ਪੁੱਛਿਆ ਵੀ ਤੁਹਾਡੇ 'ਚੋਂ ਕੌਣ ਸੁਰਜੀਤ ਆ, ਕੌਣ ਨਰਿੰਦਰਜੀਤ ਆ। ਪਰ ਜਦੋਂ ਰਾਤ ਨੂੰ ਮਾਤਾ ਆਈ ਕਿਸੇ ਦੇ ਘਰੋਂ, ਜਦੋਂ ਮਾਤਾ ਆਈ ਤਾਂ ਉਹ ਅੰਨੀ ਹੋਣ ਦੇ ਬਾਵਜੂਦ ਵੀ ਉਹ ਦਾਈ ਭਣ ਦਾ ਕੰਮ ਕਰਦੀ ਸੀ ਜੀ, ਅਤੇ ਉਹ ਕਿਸੇ ਦੇ ਡਿਲੀਵਰੀ ਕੇਸ ਤੋਂ ਆਈ, ਆਉਂਦੀ ਸਾਰ ਆਈ ਤਾਂ ਮੈਂ ਮੂਹਰੇ ਬੈਠਿਆ, ਮੈਂ ਉਹਨੂੰ ਮੱਥਾ ਟੇਕਿਆ, ਉਹਨੇ ਮੈਨੂੰ ਹੱਥ ਨਾਲ ਪਰੇ ਕਰਕੇ ਬਾਈ ਸੁਰਜੀਤ ਨੂੰ ਉਹਨੇ ਜੱਫੀ ਪਾ ਕੇ ਪਿਆਰ ਕੀਤਾ। ਜਦੋਂ ਮੈਂ ਸੈਕਿੰਡ ਡੇ ਪੁੱਛਿਆ, ਸੈਕਿੰਡ ਡੇ ਨਹੀਂ ਸੋਰੀ, 4-5 ਦਿਨ ਬਾਅਦ ਵੀ ਅੰਮੀ ਤਾਂ ਮੈਨੂੰ ਪਿਆਰ ਕਿਉਂ ਨਹੀਂ ਕੀਤਾ, ਉਹ ਕਹਿੰਦੀ ਮੇਰੇ ਦਿਲ ਦੀ ਆਵਾਜ਼ ਸੀ ਵੀ ਇਹ ਨਹੀਂ ਤੇਰਾ ਪੁੱਤ, ਤੇਰਾ ਪੁੱਤ ਦੂਜਾ, ਕਿਉਂਕਿ ਅਸੀਂ ਦੋਨਾਂ ਨੇ ਕੋਟ ਪੈਂਟ ਪਾਏ ਹੋਏ, ਟਾਈਆਂ ਟੂਈਆਂ ਲਾਈਆਂ, ਇੱਕੋ ਜਿੱਕੇ ਦਰਦਾਰ ਸੀ, ਪਗੜੀ ਉਹਦੇ ਵੀ ਬੰਨੀ, ਪਗੜੀ ਮੇਰੀ ਬੰਨੀ, ਕੋਈ ਵੀ ਬੰਦਾ ਇਹ ਜੱਜ ਨਹੀਂ ਸੀ ਕਰ ਸਕਦਾ ਵੀ ਸਾਡੇ ਦੋਨਾਂ 'ਚੋਂ ਕੌਣ ਮੁਸਲਮਾਨ ਆ ਅਤੇ ਕੌਣ ਸਿੱਖ। ਅੱਛਾ। ਅਤੇ ਇੱਕ ਜਿਵੇਂ ਤੁਸੀਂ ਪਿੱਛੇ ਗੱਲ ਦੱਸੀ ਹੈ ਵੀ ਤੁਹਾਡੇ ਪਿਤਾ ਜੀ ਨੇ ਡਾਕੂ ਮਾਰਿਆ ਸੀ, ਤੁਹਾਨੂੰ ਇਹ ਵੀ ਕਿਹਾ ਗਿਆ ਸੀ ਵੀ ਉੱਥੇ ਜਾ ਕੇ ਇਹ ਨਾ ਦੱਸਿਓ ਵੀ ਤੁਸੀਂ ਤੱਖੜ ਦੇ ਮੁੰਡੇ ਹੋ? ਨਹੀਂ, ਉਦੋਂ ਪਾਪਾ ਨੂੰ ਨਹੀਂ ਸੀ ਇਸ ਗੱਲ ਦਾ ਪਤਾ। ਅੱਛਾ ਜੀ। ਬਾਈ ਸੁਰਜੀਤ ਦੇ ਪਿਤਾ ਨੂੰ ਪਤਾ ਸੀ। ਅੱਛਾ ਜੀ। ਉਹਨੇ ਮੈਨੂੰ ਉੱਥੇ ਗਏ ਨੂੰ ਕਿਹਾ ਸੀ ਬਈ ਦੇਖਿਓ ਵੀ ਉਹ ਪਰਲੇ ਪਾਸੇ ਨਹੀਂ ਜਾਣਾ। ਅੱਛਾ ਜੀ। ਉਸ ਮੁਹੱਲੇ 'ਚ ਜਿਹੜਾ ਬਜ਼ੁਰਗ ਰਹਿੰਦਾ ਉਹਦਾ ਭਰਾ ਤੇਰੇ ਪਾਪਾ ਨੇ ਮਾਰਿਆ ਸੀ, ਵੀ ਇੱਥੇ ਕਿਸੇ ਨੂੰ ਪਤਾ ਨਾ ਲੱਗੇ ਵੀ ਤੂੰ ਡਿਪਟੀ ਤੱਖੜ ਦਾ ਮੁੰਡਾ। ਅੱਛਾ ਜੀ। ਪਰ ਉਹਨਾਂ ਦੇ ਰੋਕਣ ਦੇ ਬਾਵਜੂਦ ਮੈਂ ਨਹੀਂ ਰੁਕਿਆ। ਮੈਂ 15-20 ਦਿਨ ਬਾਅਦ ਨਾਲ ਬਾਈ ਸੁਰਜੀਤ ਅਤੇ ਪਿੰਡ ਦੇ ਵੀ ਨੌਜਵਾਨ ਲੜਕੇ ਜਿਹੜੇ ਕਾਫੀ ਮੈਨੂੰ ਪਿਆਰ ਕਰਦੇ ਸੀ ਉਹ ਨਾਲ ਗਏ। ਮੈਂ ਗਿਆ ਉਹਨਾਂ ਦੇ ਘਰ, ਉਹਨਾਂ ਨੇ ਮੈਨੂੰ ਜਾਂਦੇ ਨੂੰ ਦੁੱਧ ਪੁੱਛਿਆ, ਮੈਂ ਕਿਹਾ ਵੀ ਦੁੱਧ ਬਾਅਦ 'ਚ ਪੀਊਂਗਾ ਅੰਕਲ, ਵੀ ਮੈਂ ਤੁਹਾਡੇ ਨਾਲ ਗੱਲ ਕਰਨਾ। ਉਹ ਕਹਿੰਦਾ ਕੀ? ਮੈਂ ਕਿਹਾ ਜੀ ਵੀ ਤੁਹਾਨੂੰ ਮੈਂ ਮੌਕਾ ਦੇਣ ਆਇਆ ਵੀ ਜਿਹੜੇ ਡਿਪਟੀ ਤੱਖੜ ਨੇ ਤੁਹਾਡੇ ਭਰਾ ਨੂੰ ਮੁਕਾਬਲੇ 'ਚ ਮਾਰਿਆ ਸੀ, ਮੈਂ ਉਹਦਾ ਬੇਟਾ, ਤੁਸੀਂ ਬਦਲਾ ਲੈ ਲਓ। ਇੱਕ ਵਾਰ ਤਾਂ ਬਹੁਤ ਜ਼ਿਆਦਾ ਗਰਮ ਹੋਇਆ, ਬਹੁਤ ਜ਼ਿਆਦਾ ਗਰਮ ਹੋਣ ਤੋਂ ਬਾਅਦ ਅਤੇ ਮੈਨੂੰ ਕਹਿੰਦਾ ਵੀ ਤੂੰ ਇੱਥੇ ਉੱਠ ਕੇ ਚਲੇ ਜਾ। ਅੱਛਾ ਜੀ। ਮੈਂ ਕਿਹਾ ਨਹੀਂ ਵੀ ਮੈਂ ਜਾਣਾ ਨਹੀਂ, ਮੈਨੂੰ ਪਤਾ ਲੱਗੇ ਵੀ ਮੇਰੇ ਪਾਪਾ ਨੇ ਗਲਤ ਕੰਮ ਕੀਤਾ ਸੀ ਜਾਂ ਤੁਹਾਡਾ ਭਾਈ ਗਲਤ ਸੀ। ਫਿਰ ਉਹ ਕਾਫੀ ਸੋਚਣ ਤੋਂ ਬਾਅਦ ਮੈਨੂੰ ਕਹਿੰਦਾ ਦੋਨੋਂ ਸਹੀ ਸੀ। ਮੈਂ ਕਿਹਾ ਇਹ ਮੇਰੀ ਸਵਾਲ ਦਾ ਜਵਾਬ ਨਹੀਂ ਜੀ। ਤਾਂ ਉਹ ਕਹਿੰਦਾ ਨਹੀਂ, ਕਹਿੰਦਾ ਵੀ ਦੇਖ ਮੇਰੇ ਘਰ ਦੀ ਹਾਲਤ ਦੇਖ, ਮੈਂ ਕਿੰਨਾ ਗਰੀਬ ਹਾਂ, ਮੇਰੇ ਭਰਾ ਨੇ ਬਠਿੰਡੇ ਜ਼ਿਲ੍ਹੇ 'ਚ ਨੌਂ ਕਮਾਇਆ, ਬੜੇ ਬੜੇ ਡਾਕੇ ਮਾਰੇ, ਪਰ ਉਹ ਡਾਕਾ ਮਾਰਨ ਤੋਂ ਪਹਿਲਾਂ ਹੀ ਸੋਚ ਲੈਂਦਾ ਸੀ ਵੀ ਮੈਂ ਡਾਕੇ ਦੀ ਰਕਮ ਕਿਹੜੇ ਕਿਹੜੇ ਗਰੀਬਾਂ ਦੀਆਂ ਕੁੜੀਆਂ ਦੇ ਵਿਆਹ 'ਤੇ ਲਾਉਣੀ ਆ, ਕਿਹੜੇ ਗਰੀਬ ਦੀ ਮੈਂ ਕੀ ਮਦਦ ਕਰਨੀ, ਉਹਨੇ ਡਾਕੇ ਦਾ ਪੈਸਾ ਕਦੇ ਘਰ ਨਹੀਂ ਲੈ ਕੇ ਆਉਂਦਾ। ਹਾਂ, ਇਹ ਗੱਲ ਇਹਦਾ ਜਦੋਂ ਮੁਕਾਬਲਾ ਹੋਇਆ ਟਿੱਬਿਆਂ 'ਚ, ਕਹਿੰਦਾ ਵੀ ਜੇ ਮੇਰੇ ਭਰਾ ਕੋਲ ਹਥਿਆਰ ਵਧੀਆ ਹੁੰਦਾ ਉਹ ਤੇਰੇ ਪਿਓ ਨੂੰ ਵੀ ਮਾਰ ਸਕਦਾ ਸੀ। ਅੱਛਾ ਜੀ। ਤੇਰੇ ਪਿਓ ਕੋਲ ਹਥਿਆਰ ਵਧੀਆ ਸੀ, ਮੇਰੇ ਭਰਾ ਕੋਲ ਨਹੀਂ ਸੀ ਵਧੀਆ, ਅਤੇ ਤੇਰੇ ਪਿਓ ਨੇ ਮੇਰੇ ਭਰਾ ਦੇ ਜਦੋਂ ਗੋਲੀ ਮਾਰੀ ਤਾਂ ਉਹ ਭੱਜੇ ਜਾਂਦੇ ਨਹੀਂ, ਬੱਜੀ ਸਾਹਮਣੇ ਲੜਦੇ ਸੀ, ਬੱਜੀ ਸੀ, ਅਤੇ ਇਸ ਲਈ ਉਹ ਦੋਏ ਸਹੀ ਸੀ। ਤੇਰੇ ਪਿਓ ਨੇ ਡਿਊਟੀ ਨਿਭਾਈ, ਮੇਰੇ ਭਾਈ ਨੇ ਆਪਣੀ ਡਿਊਟੀ ਨਿਭਾਈ। ਫਿਰ ਮੈਂ ਉਹਦੇ ਕੋਲ ਬੈਠਿਆ, ਫਿਰ ਮੈਂ ਦੁੱਧ ਵੀ ਪੀਤਾ, ਫਿਰ ਉਹ ਮੈਨੂੰ ਇੰਨਾ ਪਿਆਰ ਕਰਨ ਲੱਗ ਗਿਆ, ਜੇ ਕਿਤੇ ਮੈਂ 2-3 ਦਿਨ ਨਹੀਂ ਸੀ ਜਾਂਦਾ ਤਾਂ ਆਪਣੇ ਪੋਤੇ ਨੂੰ ਭੇਜ ਕੇ ਬੁਲਾ ਲੈਂਦਾ ਸੀ, ਉਹਨੂੰ ਸ਼ਰਾਰਤੀ ਨੂੰ ਬੁਲਾ ਕੇ ਲਿਆ। ਉਹ ਮੈਨੂੰ ਅਖੀਰੀ ਦਮ ਤੱਕ ਸ਼ਰਾਰਤੀ ਹੋ ਕਹਿੰਦਾ ਰਿਹਾ ਜਿੰਨੀ ਦੇਰ ਤੱਕ। ਇੱਕ ਗੱਲ ਹੈ ਜੀ, ਮੈਂ ਇੱਥੇ ਸੋਚ ਰਿਹਾ ਵੀ ਆਪਾਂ ਪਾਕਿਸਤਾਨੀ ਕਈ ਇਹੋ ਜਿਹੇ ਵੀ ਆ ਵੀ ਸਿਰਫ ਅੱਤਵਾਦ ਅੱਤਵਾਦ ਕਹੀ ਜਾਂਦੇ, ਇੱਕ ਨੇ ਇਹ ਬੰਦੇ ਨੇ ਉਸਦੇ ਪਿਓ ਨੇ ਇੱਕ ਬੰਦੇ ਦਾ ਭਰਾ ਮੁਕਾਇਆ ਹੋਵੇ, ਉਹਦਾ ਪੁੱਤ ਸਾਹਮਣੇ ਬੈਠਾ ਹੋਵੇ, ਬੰਦੇ ਨੇ ਤੁਹਾਡਾ ਮਾਣ ਸਤਿਕਾਰ ਕੀਤਾ, ਮਾਣ ਸਤਿਕਾਰ ਕੀਤਾ ਹੋਵੇ ਔਰ ਮੈਨੂੰ ਮਾਫ਼ ਕੀਤਾ ਹੋਵੇ, ਔਰ ਕੋਈ ਵੀ ਮੇਰਾ ਖਿਆਲ ਆ ਵੀ 80% ਦੂਜੇ ਮੁਲਕ ਦੇ ਵਿੱਚ, ਹਾਂਜੀ, ਉਹਨੇ ਰਿਸਵੇਰੇ ਵੀ ਮੈਨੂੰ ਮਾਰ ਸਕਦਾ ਸੀ, ਡੇ ਟਾਈਮ ਓਪਨਲੀ ਨਹੀਂ ਸੀ ਮਾਰ ਸਕਦਾ, ਮੈਂ ਇਕੱਲੇ ਹੀ ਘੁੰਮਦਾ ਫਿਰਦਾ ਰਹਿੰਦਾ ਸੀ ਇਹ। ਪਰ ਮੈਂ ਇਹ ਜ਼ਰੂਰ ਇੱਥੇ ਕਹੂੰਗਾ 82 ਦੇ ਵਿੱਚ ਜਿੰਨੇ ਪਾਕਿਸਤਾਨ ਦੇ ਬਜ਼ੁਰਗ ਸਿੱਖਾਂ ਨੂੰ ਪਿਆਰ ਕਰਦੇ ਸੀ, ਮੇਰਾ ਖਿਆਲ ਸ਼ਾਇਦ ਇੱਧਰ ਹੋਰ ਕੋਈ ਵੀ ਕਮਿਊਨਿਟੀ ਸਿੱਖਾਂ ਨੂੰ ਇੰਨਾ ਪਿਆਰ ਸਤਿਕਾਰ ਨਹੀਂ ਦਿੰਦੀ
ਜਿੰਨਾ ਪਾਕਿਸਤਾਨ 'ਚ ਪੁਰਾਣੇ ਬਜ਼ੁਰਗ ਔਰਤਾਂ ਜੀ ਹਰ ਇੱਕ ਗੱਲ ਕਹਿੰਦੀਆਂ ਸੀ, ਜੋ ਤੁਸੀਂ ਸਰਦਾਰਾਂ ਦੇ ਸਾਗ ਤੋੜ ਜਾਂਦੇ, ਸਰਦਾਰ ਆਪਣਾ ਖੇਤ ਛੱਡ ਕੇ ਦੂਜੇ ਪਾਸੇ ਚਲਿਆ ਜਾਂਦਾ ਸੀ, ਵੀ ਧੀਆਂ ਭੈਣਾਂ ਸਾਗ ਤੋੜਦੀਆਂ ਸੀ, ਕੋਈ ਨਹੀਂ ਖਾਣਾ। ਉਸ ਵੇਲੇ ਮੈਨੂੰ ਆਪਣੇ ਆਪ 'ਤੇ ਬੜੀ ਮਾਣ ਅਤੇ ਖੁਸ਼ੀ ਮਹਿਸੂਸ ਹੁੰਦੀ ਸੀ ਵੀ ਸਾਡੇ ਸਿੱਖ ਭਾਈ ਇੱਥੇ ਇੰਨਾ ਵਧੀਆ ਆਪਣਾ ਕਰੈਕਟਰ ਅਤੇ ਆਪਣੀ ਰਿਸਪੈਕਟ ਛੱਡ ਕੇ ਗਏ ਨੇ। ਹਾਂਜੀ, ਅਤੇ ਫਿਲਮ ਚਲੋ ਬਣ ਜਾਂਦੀ ਹੈ ਸਾਰੀ ਸਟੋਰੀ, ਹੁਣ ਤੁਸੀਂ ਜਿਵੇਂ ਦੱਸੀ ਹੈ, ਸੁਰਜੀਤ ਬਾਈ ਦੀ ਮੌਤ ਕਿਵੇਂ ਹੁੰਦੀ, ਕਦੋਂ ਹੁੰਦੀ? ਬਾਈ ਸੁਰਜੀਤ ਦੀ 89 ਦੇ ਵਿੱਚ ਹਾਰਟ ਅਟੈਕ ਨਾਲ ਮੌਤ ਹੋਈ। ਅੱਛਾ ਜੀ। ਬੜੀ ਬੈਡ ਲੱਕ ਆ ਕਿ ਬਾਈ ਸੁਰਜੀਤ ਦੀ ਵੀ ਹਾਰਟ ਅਟੈਕ ਨਾ ਹੋਈ, ਮੇਰੇ ਉਸ ਸਾਰਿਆਂ ਨਾਲੋਂ ਵੱਡੇ ਬ੍ਰਦਰ ਦੀ ਵੀ ਹਾਰਟ ਅਟੈਕ ਨਾ ਹੋਈ ਨੀਅਰ ਅਬਾਊਟ, ਉਹ ਵੀ 89 'ਚ ਹੋਈ ਜੀ। ਜਿਹੜਾ ਇੱਕ ਨੰਬਰ ਦਾ ਮੇਰਾ ਰੀਅਲ ਬ੍ਰਦਰ ਹੋ ਗਿਆ, ਦੂਏ ਨੰਬਰ 'ਤੇ ਬਾਈ ਸੁਰਜੀਤ ਹੋ ਗਿਆ, ਤੀਏ ਨੰਬਰ 'ਤੇ ਜਿਹੜਾ ਮੇਰਾ ਬ੍ਰਦਰ ਸੀਗਾ ਹਰਜੀਤ ਸਿੰਘ, ਉਹਨਾਂ ਨੂੰ ਵੀ ਹਾਰਟ ਅਟੈਕ ਕਮ ਕੈਂਸਰ ਹੋਇਆ। ਅੱਛਾ। ਉਹ ਵੀ ਅਨਟਾਈਮਲੀ ਗਿਆ। ਹੁਣ ਇੱਕ ਸਾਲ ਜਿਵੇਂ ਮੇਰੇ ਤੋਂ ਵੱਡਾ ਬ੍ਰਦਰ ਇੰਦਰਜੀਤ ਸਿੰਘ, ਇਹਨਾਂ ਨੂੰ ਵੀ ਹਾਰਟ ਅਟੈਕ ਹੋਇਆ। ਅੱਛਾ। ਮੇਰੀ ਫੈਮਿਲੀ ਦੇ 4 ਭਰਾਵਾਂ ਨੂੰ ਹਾਰਟ ਅਟੈਕ ਹੋਇਆ, ਪਰਮਾਤਮਾ ਮੈਨੂੰ ਬਚਾ ਕੇ ਰੱਖੇ। ਠੀਕ ਹੈ, ਜ਼ਰੂਰ ਅਸੀਂ ਵੀ ਇਹੀ ਦੁਆ ਕਰਦੇ ਹਾਂ ਵੀ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ। ਅਤੇ ਜਿਵੇਂ ਫਿਲਮ ਦੇ ਵਿੱਚ ਸੁਰਜੀਤ ਦਾ ਰੋਲ ਦਿਖਾਇਆ ਗਿਆ ਹੈ, ਜੋ ਸਿਹਤ ਉਹਦੀ ਦਿਖਾਈ ਗਈ ਹੈ, ਉਸੇ ਸਿਹਤ ਦਾ ਸੀ ਉਹ? ਬਾਈ ਸੁਰਜੀਤ ਦੀ ਸਿਹਤ ਮੈਂ ਕਹਿ ਦੇਵਾਂ ਪੌਤ ਦੇ ਤਕੜੇ ਬੰਦਿਆਂ ਦੇ ਵਿੱਚੋਂ ਇੱਕ ਬੰਦਾ ਬਾਈ ਸੁਰਜੀਤ ਸੀ। 50 ਕਿਲੋ ਦਾ ਲੋਹੇ ਦੇ ਬੱਟੇ ਦਾ ਇੱਕ ਹੱਥ ਨਾਲ ਉਹ ਬਾਲਾ ਕੱਢ ਦਿੰਦਾ। ਲੋਹੇ ਦੇ ਲੱਕੜ ਦਾ ਮੁਦਕਰ ਹੁੰਦਾ ਸੀ, ਪਾਪਾ ਜੀ ਨੇ ਬਣਾਇਆ, ਉਹ ਕੱਢਦਾ ਸੀ। ਕਣਕ ਵੱਢਣ 'ਚ ਵੀ ਉਹਦਾ ਪਿੰਡ 'ਚ ਰਿਕਾਰਡ ਸੀ, ਕਹੀ ਚਲਾਉਣ 'ਚ ਵੀ ਰਿਕਾਰਡ ਸੀ। ਇਤਨੀ ਸੋਲਿਡ ਬੋਡੀ ਜਾਂਦੀ, ਜੋ ਇੱਕ ਜ਼ਿਮੀਂਦਾਰ ਨਾਲ ਰਿਲੇਟਡ ਫੈਮਿਲੀ ਚਾਹੀਦੀ ਆ। ਇੱਕ ਉਹਨਾਂ ਦੀ, ਇੱਕ ਸਾਡੇ ਬਾਈ ਹਰਜੀਤ ਜਿਹਨਾਂ ਨੂੰ ਬਾਬੂ ਜੀ ਦੇ ਨਾਂ ਨਾਲ ਮਸ਼ਹੂਰ ਸੀ, ਇਹ ਦੋਨੇ ਭਰਾਵਾਂ ਦਾ ਅਕਸਰ ਕੰਪੀਟੀਸ਼ਨ ਹੁੰਦਾ ਰਹਿੰਦਾ ਸੀ, ਬੈਠਕਾਂ ਕੱਢਣ ਦਾ, ਡੰਡ ਮਾਰਨ ਦਾ, ਖੇਤੀ 'ਚ ਕੰਮ ਕਰਨ ਦਾ, ਕਣਕ ਵੱਢਣ ਦਾ, ਕਹੀ ਚਲਾਉਣ ਦਾ, ਹਰ ਇੱਕ ਪਹਿਲੂ ਦੇ ਵਿੱਚ ਇਹਨਾਂ ਦਾ। ਸਾਡੇ ਪਿੰਡ 'ਚ ਕਈ ਹੋਰ ਨੌਜਵਾਨ ਵੀ ਸੀ, ਭਰਪੂਰ ਸਿੰਘ ਗੱਲਾਂ ਵਾਲਾਂ ਦਾ ਸੀ, ਗੁਰਦੇਵ ਸਿੰਘ ਸੀ, ਜਾਂਦੀ ਇੱਦਾਂ ਦਾ, ਇਹ ਬਾਅਦ ਦੇ ਵਿੱਚ ਇੱਕ ਮਿਸਤਰੀਆਂ ਦਾ ਲੜਕਾ ਜੋਗਿੰਦਰ ਸਿੰਘ ਵੀ ਆਇਆ, ਇਹ ਜਾਂਦੀ ਇਹਨਾਂ ਬੰਦਿਆਂ ਦਾ ਜਾਂਦੀ ਕਾਫੀ ਨੌਂ ਸੀ। ਅਤੇ ਕਬੱਡੀ ਦੇ ਵਿੱਚ ਇੱਕ ਸਰਦਾਰ ਦਰਸ਼ਨ ਸਿੰਘ ਸੀਗੇ, ਗੁਰੂ ਇਹਨਾਂ ਜਾਂਦੀ, ਉਹਨਾਂ ਦੇ ਵਿੱਚੋਂ ਬਾਈ ਸੁਰਜੀਤ ਦਾ ਨਾਂ ਵੀ ਉਤਲੇ ਇਹਨਾਂ ਵਿੱਚ ਲਿਆ ਜਾਂਦਾ ਸੀਗਾ। ਬਾਈ ਸੁਰਜੀਤ 'ਤੇ ਫਿਲਮ ਬਣੀ, ਪਰਿਵਾਰ 'ਤੇ ਬਣੀ, ਤੁਹਾਡਾ ਦਿਖਾਇਆ ਗਿਆ, ਫਿਲਮ ਨੂੰ ਬਣਾਉਣ ਦੇ ਲਈ ਖੁਦ ਤਰਸੇਮ ਜੱਸੜ ਚੱਲ ਕੇ ਆਏ ਜਾਂ ਤੁਸੀਂ ਆਪਣੀ ਸਟੋਰੀ ਦੱਸੀ, ਕਿਉਂਕਿ ਤੁਸੀਂ, ਤੁਹਾਡੇ ਕੋਲ ਲਿਖਿਆ ਵੀ ਪਿਆ ਸੀ ਇਹ ਸਾਰਾ? ਹਾਂ, ਐਕਚੁਅਲੀ ਤਰਸੇਮ ਜੱਸੜ ਮੇਰੇ ਭਾਣਜਿਆ ਦੋਸਤ ਹੀ, ਬਰਿੰਦਰਪਾਲ ਬਿੰਕੀ ਖੇੜੀ ਨੌ ਸਿੰਘ ਵਾਲਿਆਂ ਦਾ। ਅੱਛਾ ਜੀ। ਇਹਨੇ ਉੱਥੇ ਕਿਤੇ ਬੈਠ ਕੇ ਗੱਲ ਕੀਤੀ ਰਾਤ ਨੂੰ, ਇਹ ਉਹਨੇ ਦੱਸਿਆ ਵੀ ਟਰੂ ਸਟੋਰੀ ਮੇਰੇ ਮਾਮਾ ਜੀ ਕੋਲ ਆ, ਉਹ ਰਾਤ ਨੂੰ ਇਹ ਪੌਤ ਆ ਗਏ, ਪੌਤ ਮੈਂ ਮੁਸ਼ਰਕ ਅਖਬਾਰ ਆ ਪਾਕਿਸਤਾਨ ਦਾ ਉਰਦੂ ਦਾ, ਉਹ ਦਿਖਾਏ, ਇੱਧਰ ਜਗ ਬਾਣੀ, ਅਜੀਤ, ਮਨੋਹਰ ਕਹਾਣੀਆਂ ਸਾਰੀਆਂ ਜਾਂਦੀਆਂ। 82 ਦੇ ਵਿੱਚ ਤਕੜੇ ਕੋਈ ਵੀ ਮੈਗਜ਼ੀਨਾਂ ਪੇਪਰ ਆ, ਉਹਨਾਂ ਸਾਰਿਆਂ ਦੇ ਵਿੱਚ 82 'ਚ ਸਟੋਰੀ ਆਈ ਸੀ। ਉਸ ਵਾਰ ਸਟੋਰੀ ਦਾ ਹੈਡਿੰਗ ਇਹ ਨਹੀਂ ਸੀ, ਉਸ ਵਾਰ ਦਾ ਹੈਡਿੰਗ ਇਹ ਸੀ 35 ਸਾਲ ਬਾਅਦ ਬੱਚਾ ਮਾਂ ਨੂੰ ਮਿਲਿਆ। ਅੱਛਾ। ਤਾਂ ਮਾਂ ਅੰਨੀ ਹੋ ਚੁੱਕੀ ਸੀ ਜੀ। ਪਾਕਿਸਤਾਨ ਦੇ ਰਿਆਜ਼ ਬਟਾਲਵੀ, ਜਿਵੇਂ ਆਪਣੇ ਕੁਲਦੀਪ ਨਈਅਰ ਜੀ ਦਾ ਨਾਂ ਵਿਕਦਾ ਇੰਡੀਆ ਦੇ ਵਿੱਚ, ਰਿਆਜ਼ ਬਟਾਲਵੀ ਜੀ ਦਾ ਉੱਕਣ ਉੱਧਰ ਨੂੰ ਵਿਕਦਾ, ਉਹਨਾਂ ਦੀਆਂ ਵੀ ਬੜੀਆਂ। ਹੁਣ ਜੇ ਮੈਂ ਉਹਨਾਂ ਦੀਆਂ ਗੱਲਾਂ ਦੱਸਾਂ ਟਰੂ ਸਟੋਰੀ, ਤਾਂ ਆਪਣੀ ਇੰਟਰਵਿਊ ਬੜੀ ਲੰਬੀ ਹੋ ਜੂਗੀ। ਅਤੇ ਉਹਨਾਂ ਨੇ ਵੀ, ਮੈਂ ਇੱਕ ਛੋਟਾ ਜਿਹਾ ਤੁਹਾਨੂੰ ਜ਼ਰੂਰ ਦੱਸੂੰਗਾ ਜੀ, ਬਾਕੀ ਦਾ ਗੱਲਾਂ ਛੱਡੋ। ਉਹਨਾਂ ਨੇ ਦੱਸਿਆ ਸੀ ਵੀ ਮਾਂ ਨੇ ਪੁੱਤ ਕਿਵੇਂ ਪਛਾਣਿਆ। ਅੱਛਾ ਜੀ। ਉਹ ਉਹਨਾਂ ਨੇ ਮੈਨੂੰ ਦੱਸਿਆ ਵੀ ਸਨ 71 ਦੀ ਲੜਾਈ ਦੇ ਵਿੱਚ ਇੱਕ ਫੌਜੀ ਫੜਿਆ ਗਿਆ ਜੀ, ਉਹਨੂੰ ਇੰਟੈਰੋਗੇਟ ਕਰਨ ਕਰਿਆ ਨਹੀਂ, ਸਾਰਿਆਂ ਨੂੰ ਇੰਟੈਰੋਗੇਟ ਕਰਿਆ, ਤਾਂ ਉਹ ਗਾਲਾਂ ਬੜੀਆਂ ਕੱਢ ਰਿਹਾ ਸੀ, ਤਾਂ ਉਹ ਉੱਥੇ ਦੇ ਕਰਨਲ, ਉਹ ਰਿਆਜ਼ ਬਟਾਲਵੀ ਦਾ ਦੋਸਤ ਸੀ, ਉਹਨੇ ਰਾਤ ਨੂੰ ਬੁਲਾਇਆ ਕਿਲ੍ਹੇ 'ਚ ਇੰਟਰਗੇਸ ਸੈਂਟਰ 'ਚ, ਉਹ ਕਹਿੰਦਾ ਯਾਰ ਰਿਆਜ਼ ਵੀ ਤੂੰ ਇਹ ਮੁੰਡੇ ਨੂੰ ਸਮਝਾ, ਹੁਣ ਇੰਡੀਆ ਨਹੀਂ ਹੈ ਪਾਕਿਸਤਾਨ ਸਾਡਾ, ਕਹਿੰਦੀ ਆ ਵੀ ਇਹਨੂੰ ਕਹਿ ਸਾਨੂੰ ਕੋਪਰੇਟ ਕਰੇ। ਉਹ ਕਹਿੰਦਾ ਮੈਂ ਬੜੀ ਕੋਸ਼ਿਸ਼ ਕੀਤੀ ਕੋਪਰੇਟ ਕਰਨ ਆਉਣ ਦੀ, ਸਮਝਾਇਆ, ਤਾਂ ਉਹਨੇ ਇੰਨਾ ਬੜਾ ਕੋਪਰੇਟ ਨਹੀਂ ਕੀਤਾ, ਅਤੇ ਉਹ ਕਹਿੰਦਾ ਚੱਲ ਯਾਰ ਨਹੀਂ ਕਰਦਾ ਯਾਰ, ਇੱਕ ਇੰਟਰੋਗੇਟ ਨਾ ਕਰੋ, ਇਹਨੂੰ ਛੱਡ ਦਿਉ, ਪਰ ਰੱਖਿਆ ਤਾਂ ਕਹਿ ਦਿਓ। ਉਹ ਤੋਂ ਬਾਅਦ ਕੁਛ ਮਹੀਨਿਆਂ ਬਾਅਦ ਰਾਤ ਨੂੰ ਫਿਰ ਰਿਆਜ਼ ਬਟਾਲਵੀ ਨੂੰ ਟੈਲੀਫੋਨ ਆਇਆ ਜੀ, ਉੱਥੇ ਕਰਨਲ ਦਾ, ਕਰਨਲ ਇੰਟੈਰੋਗੇਸ਼ਨ ਸੈਂਟਰ ਦਾ ਇੰਚਾਰਜ ਸੀ, ਉਹ ਕਹਿੰਦਾ ਵੀ ਰਿਆਜ਼ ਹੁਣੇ ਇੱਥੇ ਆ। ਅੱਛਾ ਜੀ। ਉਹ ਕਹਿੰਦਾ ਮੈਂ ਕਿਹਾ ਕਰਨ ਸਾਹਿਬ ਕਿਹੜੀ ਬਿਪਤਾ ਪਾਉਣਾ, ਆਰਾਮ ਕਰਨ ਦਾ ਟਾਈਮ ਆ। ਉਹ ਕਹਿੰਦਾ ਨਹੀਂ ਤੂੰ ਆ। ਕਹਿੰਦਾ ਜਦੋਂ ਮੈਂ ਗਿਆ ਤਾਂ ਮੈਂ ਜਾ ਕੇ ਕਹਿੰਦਾ ਮੈਂ ਵੀ ਕੀ ਗੱਲ ਆ,
ਕਹਿੰਦਾ ਆ ਜਾ ਇੱਧਰ। ਕਹਿੰਦਾ ਜਦੋਂ ਉਹਨੇ ਨੇ ਮੈਨੂੰ ਮੁੰਡਾ ਦਿਖਾਇਆ ਜੀ ਅਤੇ ਕਹਿੰਦਾ ਮੈਂ ਉਹਨੂੰ ਪੁੱਛਿਆ ਵੀ ਇਹ ਤਾਂ ਉਹੀ ਮੁੰਡਾ ਇਹ ਤੂੰ ਭੇਜਿਆ ਨਹੀਂ ਜਦੋਂ ਆਪਣੇ ਕੈਦੀ ਟ੍ਰਾਂਸਫਰ ਹੋਏ ਸੀ। ਕਹਿੰਦਾ ਮੈਂ ਭੇਜਤਾ ਸੀ। ਕਹਿੰਦਾ ਫਿਰ ਇਹ ਉਰੇ ਕਿਵੇਂ? ਕਹਿੰਦਾ ਇਹ ਗੱਲ ਹੈਗੀ ਇਸ ਤਰ੍ਹਾਂ, ਜਦੋਂ ਮੈਂ ਮੁੰਡੇ ਨੂੰ ਵਡਿਆ ਕੇ ਪੁੱਛਿਆ ਵੀ ਤੂੰ ਆਰਮੀ ਬਾਰੇ ਮੈਨੂੰ ਕੁਛ ਨਾ ਦੱਸ, ਤੂੰ ਮੈਨੂੰ ਇਹ ਦੱਸ ਤੇਰਾ ਪਿੰਡ ਕਿਹੜਾ ਇੰਡੀਆ 'ਚ? ਇਹਨੇ ਆਪਣਾ ਪਿੰਡ ਦੱਸਿਆ। ਕਹਿੰਦਾ ਮੇਰਾ ਅੰਮ੍ਰਿਤਸਰ ਦੇ ਕੋਲ ਪਿੰਡ ਆ। ਕਹਿੰਦਾ ਲੱਕੀਲੀ ਉਹੀ ਪਿੰਡ ਮੇਰਾ ਸੀ। ਅੱਛਾ ਜੀ। ਕਹਿੰਦਾ ਮੈਂ ਇਹਨੂੰ ਮੁੰਡੇ ਨੂੰ ਕਿਹਾ ਯਾਰ ਉਹ ਪਿੰਡ ਤਾਂ ਮੇਰਾ। ਕਹਿੰਦਾ ਮੈਂ ਇਹਨੂੰ ਪੁੱਛਿਆ ਤੂੰ ਕਿਹਦਾ ਮੁੰਡਾ? ਕਹਿੰਦਾ ਇਹਨੇ ਨਾਂ ਲਿਆ ਵੀ ਮੈਂ ਫਲਾਣੇ ਸਰਦਾਰ ਦਾ ਮੁੰਡਾ। ਕਹਿੰਦਾ ਮੈਂ ਕਿਹਾ ਉਹ ਤਾਂ ਮੇਰਾ ਜਿਗਰੀ ਯਾਰ ਸੀ। ਅੱਛਾ ਜੀ। ਕਹਿੰਦਾ ਮੈਂ ਇਹਨੂੰ ਕਿਹਾ ਵੀ ਤੂੰ ਐਂ ਕਰੀ ਵੀ ਉਹ ਜਾ ਕੇ ਸਰਦਾਰ ਨੂੰ ਮੇਰੀ ਫਤਿਹ ਬੁਲਾਈਂ ਅਤੇ ਲੈ ਪੁੱਤ ਹੁਣ ਤੂੰ ਮੇਰਾ ਮਹਿਮਾਨ, ਤੂੰ ਮੇਰੇ ਯਾਰ ਦਾ ਪੁੱਤ ਆ, ਤੂੰ ਕੈਦੀ ਕਰ ਮਹਿਮਾਨ ਜ਼ਿਆਦਾ। ਕਹਿੰਦਾ ਇਹਨੇ ਕੀ ਕੀਤਾ? ਇਹਨੇ ਇੰਡੀਆ ਜਾ ਕੇ ਆਪਣੇ ਸਾਰੀ ਪਿਓ ਨੂੰ ਸੱਚੀ ਗੱਲ ਦੱਸੀ। ਕਹਿੰਦਾ ਪਿਓ ਸੋਚ ਵਿਚਾਰ ਤੋਂ ਬਾਅਦ ਕਹਿੰਦਾ ਵੀ ਪੁੱਤ ਤੂੰ ਮੇਰਾ ਪੁੱਤ ਨਹੀਂ, ਤੂੰ ਉਸੇ ਕਰਨਲ ਦਾ ਹੀ ਪੁੱਤ ਆ, ਕਿਉਂਕਿ ਉਹ ਕਰਨਲ ਦਾ ਪੁੱਤ ਨੱਠ ਭਾਈ ਦੇ ਵਿੱਚ ਇੰਡੀਆ 'ਚ ਰਹਿ ਗਿਆ ਸੀ। ਅੱਛਾ ਜੀ। ਉਹ ਇੰਡੀਆ 'ਚ ਰਹਿਣ ਦੇ ਕਾਰਨ ਕਹਿੰਦਾ ਵੀ ਮੈਂ ਫਿਰ ਤੈਨੂੰ ਪਾਲਿਆ, ਮੈਂ ਕਿਸੇ ਨੂੰ ਨਹੀਂ ਦੱਸਿਆ, ਪਹਿਲਾਂ ਮੈਂ ਆਪਣੇ ਤੈਨੂੰ ਸਹੁਰੀ ਭੇਜਿਆ, ਉੱਥੋਂ ਮੈਂ ਤੈਨੂੰ ਦੋ ਤਿੰਨ ਸਾਲ ਦਾ ਕਰਕੇ ਲੈ ਕੇ ਆਇਆ, ਪਿੰਡ 'ਚ ਕਿਸੇ ਨੂੰ ਨਹੀਂ ਪਤਾ ਤੂੰ ਮੁਸਲਮਾਨਾਂ ਦਾ ਮੁੰਡਾ, ਤੂੰ ਮੇਰਾ ਮੁੰਡਾ, ਤੂੰ ਨਿੱਕਾ ਜਿਹਾ ਸੀਗਾ ਤੁਹਾਡੇ ਘਰੋਂ ਮੈਂ ਚੱਕ ਲਿਆ ਸੀ, ਚੱਕ ਕੇ ਮੈਂ ਲਕੋ ਲਿਆ ਸੀ। ਕਹਿੰਦਾ ਫਿਰ ਉਹਨੇ ਮੈਨੂੰ ਇਹ ਬਟਾਲਵੀਆਂ ਗੱਲ ਦੱਸੀ ਵੀ ਦੇਖੋ ਬਈ ਤੁਹਾਨੂੰ ਤਾਂ ਪਛਾਣਿਆ ਨਹੀਂ ਸੁਰਜੀਤ ਦੀ ਮਾਂ ਨੇ, ਉਹਨੂੰ ਆਪਣੇ ਖੂਨ ਦੀ ਖਿੱਚ ਸੀ, ਕਰਨਲ ਨੂੰ ਵੀ ਆਪਣੇ ਖੂਨ ਦੀ ਖਿੱਚ ਦੇ ਉੱਤੇ ਉਹਦੇ ਉੱਤੇ ਹੱਥ ਨਹੀਂ ਉਠਾ ਸਕਿਆ ਵੀ ਜਿਹੜੀ ਇਹਦੀ ਖੂਨ ਦੀ ਖਿੱਚ ਹੁੰਦੀ ਆ ਇਹ ਕੁਦਰਤੀ ਗੱਲ ਆ, ਇਹ ਮਾਪੇ ਨੂੰ ਇਹ ਆਪਣੇ ਕਿੰਨੀ ਖਿੱਚ ਲੈਂਦੀ ਆ ਵੀ ਦੇਖੋ, ਨਾ ਉਹਨੂੰ ਜਾਣਦਾ ਸੀ ਨਾ ਬੁੱਝਦਾ ਨਹੀਂ, ਸਾਰਿਆਂ ਨੂੰ ਇੰਟਰੋਗੇਟ ਕਰੀ ਗਿਆ, ਜਿੱਥੇ ਉੱਥੇ ਖੂਨ ਦਾ ਰਿਸ਼ਤਾ ਆ ਉੱਥੇ ਉਹ ਆਪਣੀ ਡਿਊਟੀ ਭੁੱਲ ਗਿਆ ਅਤੇ ਉਹਦਾ ਮਨ ਅੰਦਰੋਂ ਅੰਦਰੀ ਪਿਘਲ ਗਿਆ, ਹਾਲਾਂਕਿ ਉਹਨੂੰ ਪਤਾ ਵੀ ਨਹੀਂ ਸੀ ਵੀ ਮੇਰਾ ਪੁੱਤ ਆ। ਔਰ ਉਹ ਕਹਿੰਦਾ ਫਿਰ ਮੈਂ ਉਦੋਂ ਜਨਰਲ ਸਾਹਿਬ ਨੂੰ ਕਹਾ ਕੇ ਫਿਰ ਮੈਂ ਉਹਨੂੰ ਟੈਂਪਰੇਰੀ ਸਟੇ ਦਵਾਈ। ਕਹਿੰਦਾ ਅੱਜ ਵੀ ਉਹ ਇੰਡੀਆ 'ਚ ਰਹਿੰਦਾ। ਇਹ ਗੱਲਾਂ ਜਾਂਦੀ ਜਦੋਂ ਉਹਨੇ ਦੱਸੀਆਂ ਅਤੇ ਨੈਚੁਰਲੀ ਮਨ ਨੂੰ ਖੁਸ਼ੀ ਹੁੰਦੀ ਆ। ਇਹ ਗੱਲ ਤਰਸੇਮ ਜੱਸੜ ਦੀ ਵਿੱਚ ਹੋ ਰਹੀ ਸੀ ਅਤੇ ਤਰਸੇਮ ਜੱਸੜ ਉਹਨਾਂ ਨੂੰ ਤੁਸੀਂ ਚਲੋ ਸਾਰੀ ਕਹਾਣੀ ਸੁਣਾ ਦਿੰਦੇ ਹੋ ਰਾਤ ਡੇਢ ਵਜੇ ਤੱਕ। ਹਾਂਜੀ। ਉਹ ਤੋਂ ਬਾਅਦ ਕੀ ਕੋਈ ਐਗਰੀਮੈਂਟ ਹੁੰਦੇ ਨੇ, ਲਿਖ ਲਿਖਾਓ ਹੁੰਦਾ ਹੈ ਵੀ ਇਹਦੇ 'ਤੇ ਫਿਲਮ ਬਣਨੀ ਹੈ, ਤੁਹਾਡੇ ਪਰਿਵਾਰ ਦੇ ਨਾਲ ਕੋਈ ਡੀਲ ਵਗੈਰਾ ਕੀਤੀ ਜਾਂਦੀ ਹੈ? ਦੇਖੋ ਜੀ, ਉਸ ਵੇਲੇ ਤਾਂ ਅਸੀਂ ਕੁਛ ਨਹੀਂ ਕੀਤਾ। ਪਿਕਚਰ ਸ਼ੂਟਿੰਗ ਸ਼ੁਰੂ ਹੋ ਗਈ ਸੀ, ਇੱਕ ਦਿਨ ਉਹ ਆਏ, ਉਹ ਕਹਿੰਦੇ ਜੀ ਆ ਪੇਪਰਾਂ 'ਤੇ ਸਾਈਨ ਕਰਾਉਣੇ ਆ। ਮੈਂ ਵੀ ਕਰਾ ਲਓ, ਸਾਨੂੰ ਕੀ ਇਤਰਾਜ਼ ਆ? ਉਹ ਕਹਿੰਦੇ ਨਾ ਜੀ ਪੜ੍ਹੇ ਨਹੀਂ, ਪੜ੍ਹੇ ਨਹੀਂ। ਹਾਂ ਇਹ ਉਹ ਵੀ ਹਾਂ ਅਸੀਂ ਨਹੀਂ ਕੋਈ ਪੜ੍ਹੇ। ਉਹ ਕਹਿੰਦਾ ਜੀ ਵੀ ਇਹ ਫੋਰਮੈਲਿਟੀਆਂ ਫਿਲਮ 'ਚ ਜ਼ਰੂਰੀ ਹੁੰਦੀਆਂ ਨੇ। ਮੈਂ ਤਾਂ ਉਹਨੂੰ ਕਦੇ ਇੱਕ ਐਕਟਰ ਦੇ ਤੌਰ 'ਤੇ ਜਾਂ ਪ੍ਰੋਡਿਊਸਰ ਦੇ ਤੌਰ 'ਤੇ ਤਾਂ ਮੈਂ ਦੇਖਿਆ ਹੀ ਨਹੀਂ। ਮੈਂ ਤਾਂ ਇਹੀ ਦੇਖਿਆ ਵੀ ਜਿੱਦਾਂ ਦਾ ਮੈਨੂੰ ਬਿੰਕੀ ਆ ਉੱਦਾਂ ਦਾ ਇੱਤਰ ਸੇਮ ਆ। ਉਹਨਾਂ ਨੇ ਪੇਪਰ ਭੇਜ ਤੇ ਅਸੀਂ ਸਾਈਨ ਕਰਤੇ। ਅੱਛਾ। ਹਾਂ ਕੁਛ। ਅਤੇ ਉਸ ਤੋਂ ਬਾਅਦ ਫਿਲਮ ਬਣ ਜਾਂਦੀ ਹੈ, ਮਕਬੂਲ ਵੀ ਹੁੰਦੀ, ਪਿਆਰ ਮਿਲਦਾ ਲੋਕਾਂ ਦਾ, ਫਿਰ ਤਰਸੇਮ ਜੱਸੜ ਸਾਹਿਬ ਨੇ ਫਿਰ ਤਾਂ ਤੁਹਾਡੀ ਪੂਰੀ ਖਾਤਰਦਾਰੀ ਹੋਈ ਹੋਊਗੀ। ਰੱਬ ਉਹਨੂੰ ਖੁਸ਼ ਰੱਖੇ, ਕਾਮਯਾਬ ਰੱਖੇ, ਹੋਰ ਫਿਲਮਾਂ ਕਾਮਯਾਬ ਹੋਣ। ਇਦੋਂ ਅੱਗੇ ਮੈਂ ਹੁਣ ਤੁਹਾਨੂੰ ਮੈਂ ਕੀ ਕਹਿ ਦੇਵਾਂ? ਮਤਲਬ ਉਹ ਪਿਆਰ ਨਹੀਂ ਮਿਲਿਆ? ਨਹੀਂ, ਚਲੋ ਪਿਆਰ ਵਾਲੀ ਕੋਈ ਕੋਈ ਫੋਨ ਆਇਆ ਹੋਵੇ ਜੀ ਤਰਸੇਮ ਨਾਲ, ਕੋਈ ਸੰਪਰਕ ਉਹ ਤੋਂ ਬਾਅਦ ਹੋਇਆ ਹੋਵੇ ਜੀ? ਹੁਣ ਕਾਹਨੂੰ ਮੈਂ ਤੋਂ ਝੂਠ ਬੁਲਾਉਂਦੇ ਹੋ? ਹਾਂਜੀ। ਕੋਈ ਟੈਲੀਫੋਨ ਨਹੀਂ ਆਇਆ? ਕੋਈ ਨਹੀਂ ਆਇਆ ਨਾ ਅੱਜ ਤੱਕ ਕੋਈ ਟੈਲੀਫੋਨ। ਓਹੋ, ਤੁਸੀਂ ਕਰਿਆ ਕੋਈ ਕਦੇ ਹਾਲ ਚਾਲ ਪੁੱਛਣ ਵੀ ਚੱਲ ਮੈਂ ਹੀ ਕਰ ਲਵਾਂ ਕਦੇ ਤੁਸੀਂ? ਹਾਂ ਇੱਕ ਵਾਰ ਕਰਿਆ ਸੀਗਾ। ਹਾਂ ਉਹ ਬਾਅਦ ਕਹਿੰਦਾ ਜੀ ਮੈਂ ਬਾਹਰ ਹਾਂ। ਅੱਛਾ। ਬਸ ਮੁੜ ਕੇ ਉਹ ਤੋਂ ਬਾਅਦ ਕਹਿੰਦਾ ਮੈਂ ਇੰਗਲੈਂਡ ਹਾਂ, ਮੈਂ ਇੱਕ ਦੋ ਤਰੀਕ ਨੂੰ ਆ ਰਿਹਾ ਮੈਂ, ਅਤੇ ਇਹ ਵੀ ਗੱਲ ਹੋਣੀ ਆ ਮੇਰਾ ਖਿਆਲ ਆ ਜਨਵਰੀ ਜੇ ਦੀ ਦਸੰਬਰ ਜਾਂ ਜਨਵਰੀ ਦੀ ਗੱਲ ਹੋਣੀ ਆ। ਉਸ ਤੋਂ ਬਾਅਦ ਮੈਂ ਇੱਕ ਦੋ ਵਾਰ ਕਹਿ ਰਿਹਾ ਨਹੀਂ ਚੱਕਿਆ, ਮੈਂ ਉਹਦੇ ਖਮਾਣੋ ਦੇ ਉਹਦੇ ਦੋਸਤ ਦਾ ਤੇ ਮੈਂ ਉਹਨਾਂ ਨੂੰ ਕਿਹਾ ਵੀ ਸੀ ਮੈਂ ਯਾਰ ਉਹ ਟੈਲੀਫੋਨ ਨਹੀਂ ਚੱਕਦਾ ਲੋਕ। ਉਹ ਕਹਿੰਦੀ ਸੁਨੇਹਾ ਦੇ ਦਾਂਗੇ। ਚਲੋ ਉਹਦੀਆਂ ਮਜਬੂਰੀਆਂ ਹੋਣੀਆਂ, ਹੁਣ ਉਹ ਵੱਡਾ ਐਕਟਰ ਆ, ਉਹਦੇ ਵੱਡੇ ਕੰਮ ਨੇ, ਅਸੀਂ ਤਾਂ ਵਿਹਲੂ ਪਿੰਡੀ ਜੱਟਾਂ ਪੁੱਤ, ਅਸੀਂ ਹੁਣ ਤੈਨੂੰ ਕੀ ਕਹੀਏ ਦੱਸ? ਵੱਡਾ ਤਾਂ ਜੇ ਮੈਂ ਕਹਿੰਦਾ ਤੁਹਾਡੀ ਸਟੋਰੀ ਨਾ ਮਿਲਦੀ, ਵੱਡਾ ਤਾਂ ਬਣ ਨਹੀਂ ਸਕਦਾ ਸੀ ਜੀ ਕਦੇ। ਚਲੋ ਇਹ ਤੁਹਾਡੀ ਸੋਚ ਆ ਨਾ, ਇਹ ਤੁਹਾਡੀ ਸੋਚ ਆ, ਇਹ ਤੁਹਾਡੀ ਸੋਚ ਆ, ਮੈਂ ਤਾਂ ਨਹੀਂ ਇਹਦੇ ਬਾਰੇ ਕੋਈ ਕਹਿ ਸਕਦਾ। ਪਰ ਇਸ ਚੀਜ਼ ਨੂੰ ਦੇਖੋ ਜੀ, ਜੋ ਸੱਚ ਹੈਗਾ ਉਹ ਸੱਚੇ ਆ, ਦੁੱਖ ਮਹਿਸੂਸ ਕਰਦੇ ਹੋਣੇ, ਹੁਣ ਪਰਿਵਾਰ ਮਹਿਸੂਸ ਕਰਦਾ ਜੀ ਵੀ ਯਾਰ ਜਿਸ ਬੰਦੇ ਉੱਤੇ ਵਿਸ਼ਵਾਸ, ਪਰਿਵਾਰ ਦਾ ਮੈਂਬਰ ਜਾਣ ਕੇ ਐਡਾ ਵੱਡਾ ਇੱਕ ਚੱਲ ਚੀਜ਼ ਦੇ ਦਿੱਤੀ ਉਹਨੂੰ ਸਬੂਤਾਂ ਦੇ ਆਧਾਰ 'ਤੇ? ਮੈਂ ਤੁਹਾਨੂੰ ਪਹਿਲਾਂ ਹੀ ਗੱਲ ਕਹੀ ਨਾ ਵੀ ਅਸੀਂ ਉਹਨੂੰ ਵੀ ਕੀ ਬਿੰਕੀ ਭਾਣਜਾਈ ਮੰਨੀ ਗਏ, ਜਦੋਂ ਮੈਂ ਕਹਿ ਹੀ ਦਿੱਤਾ ਵੀ ਜਿੱਦਾਂ ਦਾ ਮੈਨੂੰ ਬਿੰਕੀ ਉੱਦਾਂ ਦਾ ਮੈਨੂੰ ਉਹ
ਬਾਕੀ ਉਹਦੀ ਸੋਚ ਆ। ਫਿਲਮ ਦੇ ਵਿੱਚ ਕੋਈ ਰਿਐਲਿਟੀ ਦੇ ਵਿੱਚ ਵੀ ਸਹਿਯੋਗ ਦਿੱਤਾ ਹੈ, ਕਦੇ ਕੋਈ ਨਾਮ ਨਹੀਂ ਸੀ। ਹਾਂ ਇਹ ਗੱਲ ਆ, ਮੈਨੂੰ ਜ਼ਰੂਰ ਦੁੱਖ ਆ ਵੀ ਜਦੋਂ ਕਿ ਮੈਂ ਉਹ ਪਿਕਚਰ ਦੇਖੀ ਗਾਂਧੀ ਦੀ ਦੇਖੀ, ਹਾਂਜੀ, ਉਹਦਾ ਰੁਪਿੰਦਰ ਦਾ ਨਾਂ ਵਾਰ ਵਾਰ ਆਉਂਦਾ, ਉਹਦਾ ਪਿੰਡ ਮਕਸੂਦੜਾ ਕੀ ਉਹ ਪਿੰਡ ਬਾਹਰ ਆਉਂਦਾ, ਕਾਲੀ ਦਾ ਨਾਂ ਆਉਂਦਾ, ਸਾਡੇ ਬਹੁਤ ਕਹਿਣ 'ਤੇ ਇੱਕ ਲੱਦੜਾਂ ਦਾ ਨਾਂ ਪਾਇਆ। ਇੱਕ ਬਾਅਦ ਦੇ ਵਿੱਚ ਮੇਰੀ 2 ਮਿੰਟ ਦੀ ਇੰਟਰਵਿਊ ਆ, ਉਹ ਔਰ ਉਹ ਵੀ ਹੁਣ ਬੰਦ ਕਰਤੀ ਇਹਨਾਂ ਨੇ, ਉਹਦੇ ਉੱਤੇ ਪਿਕਚਰ ਦੇ ਉੱਤੇ ਉਹ ਵੀ ਨਹੀਂ ਮੇਰੀ ਆਉਂਦੀ। ਮੇਰਾ ਕੋਈ ਕੰਟਰੈਕਟ ਨੰਬਰ ਨਹੀਂ, ਕੋਈ ਸਾਡੀ ਫੈਮਿਲੀ ਦਾ ਕਿਸੇ ਦਾ ਅਸਲੀ ਨਾਂ ਨਹੀਂ, ਮੇਰੇ ਪਾਪਾ ਦਾ ਵੀ ਨਾਂ ਗਲਤ, ਹੋਰ ਵੀ ਗਲਤ। ਅੱਛਾ, ਪਿਤਾ ਜੀ ਦਾ ਵੀ ਕੋਈ ਕੰਟੈਕਟ ਨਹੀਂ ਦਿੱਤਾ, ਕੋਈ ਕੁਛ ਨਹੀਂ, ਨਾਮ ਵੀ ਨਹੀਂ ਲਿਖੇ? ਨਾ, ਪਾਪਾ ਜੀ ਦਾ ਕੋਈ ਅਸਲੀ ਨਾਂ ਨਹੀਂ। ਹਰਜੀਤ ਸਿੰਘ ਕਰਤਾ ਜਾਂ ਹਰਦਤ ਸਿੰਘ ਕਰ ਦਿੰਦੇ, ਫਿਰ ਕਿਹੜਾ ਕੋਈ ਫਰਕ ਪੈਂਦਾ? ਉਹ ਵੀ ਜੇ ਮੈਂ ਐਂਡ ਦੇ ਵਿੱਚ ਨਾਂ ਬੋਲਦਾ ਅਤੇ ਜਾਂ ਲੱਦੜਾਂ ਦਾ ਨਾਂ ਨਾ ਆਉਂਦਾ, ਕਿਸੇ ਨੂੰ ਪਤਾ ਹੀ ਨਹੀਂ ਸੀ ਲੱਗਣਾ ਵੀ ਸਾਡੀ ਫੈਮਿਲੀ ਦੇ ਫਿਲਮਾਂ ਹੈ। ਪਰ ਹੁਣ ਲੋਕਾਂ ਨੇ ਤੁਹਾਨੂੰ ਦੇਖ ਲਿਆ ਇੱਥੇ, ਔਰ ਇਹੀ ਨੇ ਜੀ ਉਹ ਅਸਲ ਜਿਹੜੇ ਫਿਲਮ ਨੂੰ ਬਣਾਉਣ ਵਾਲੇ ਨੇ, ਕਿਉਂਕਿ ਜੇ ਇਹ ਖੁਦ ਜਾਂਦੇ ਨੇ ਪਾਕਿਸਤਾਨ, ਸੁਰਜੀਤ ਇਹਨਾਂ ਦੇ ਨਾਲ ਹੁੰਦਾ ਜਿਹੜਾ ਸਰਦਾਰ ਮੁਹੰਮਦ ਬਣਾਇਆ, ਉਹਨਾਂ ਦੇ ਨਾਲ ਇਹ ਆਪ ਖੁਦ ਜਾਂਦੇ ਨੇ ਔਰ ਪਾਕਿਸਤਾਨ ਜਾਂਦੇ ਨੇ, ਇਹਨਾਂ ਦੇ ਪਰਿਵਾਰ ਦੇ ਵਿੱਚ ਰਹਿੰਦਾ ਹੈ, ਭਾਈ ਮੰਨਦੇ ਨੇ, ਸਕੇ ਭਰਾਵਾਂ ਤੋਂ ਵੀ ਵੱਧ ਪਿਆਰ ਦਿੱਤਾ ਜਾਂਦਾ, ਪਰ ਫਿਲਮ ਨੂੰ ਬਣਾ ਲਿਆ ਜਾਂਦਾ ਹੈ, ਨਾਮ ਨਹੀਂ ਦੇਣਾ ਜਾਂ ਫਿਰ ਬਾਅਦ ਦੇ ਵਿੱਚ ਕੰਟੈਕਟ ਨਹੀਂ ਕਰਨਾ, ਇਹ ਫੋਨ ਕਰਦੇ ਨੇ ਕੁਛ ਹੋਰ ਗੱਲਾਂ ਕਰਨੀਆਂ, ਇਹ ਤਰਸੇਮ ਜੀ ਗੱਲ ਠੀਕ ਨਹੀਂ ਹੈਗੀ। ਇਹਨੂੰ ਜ਼ਰੂਰ ਤੁਸੀਂ ਇੱਕ ਵਾਰ ਧਿਆਨ ਦੇ ਵਿੱਚ ਆਪਣੇ ਵਿੱਚ ਲਿਆਓ, ਅਤੇ ਇਹਨਾਂ ਦਾ ਥੈਂਕਸ ਵੀ ਨਹੀਂ ਕੀਤਾ ਗਿਆ ਹਾਲਾਂਕਿ, ਅਤੇ ਆਪਾਂ ਮੈਂ ਇਸ ਚੀਜ਼ ਨੂੰ ਜ਼ਰੂਰ ਲੋਕਾਂ ਨੂੰ ਵੀ ਅਪੀਲ ਜ਼ਰੂਰ ਕਰਾਂਗਾ ਕਿ ਇਸ ਚੀਜ਼ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ, ਤਾਂ ਜੋ ਅਸਲੀਅਤ ਕੌਣ ਸੀ ਸਰਦਾਰ ਮੁਹੰਮਦ ਨਾਲ, ਉਸਦੇ ਕੌਣ ਸੀ ਵਿਅਕਤੀ, ਕਿਹੜੀ ਫੈਮਿਲੀ ਸੀ, ਕਿੱਥੋਂ ਦੀ ਗੱਲ ਸੀ। ਬਹੁਤ ਪਿੰਡ ਹੈ ਜੀ, ਅਤੇ ਉੱਥੇ ਰਹਿੰਦਾ ਉਹ ਆ ਕੇ, ਅਤੇ ਕੌਣ ਸੀ, ਨਰਿੰਦਰਜੀਤ ਸਿੰਘ ਜੀ ਸੀਗੇ, ਨਰਿੰਦਰਜੀਤ ਸਿੰਘ ਸੰਧੂ ਉਰਫ ਗੁੱਲੂ ਸਰਪੰਚ ਦੇ ਨਾਂ ਨਾਲ ਫੇਮਸ ਨੇ ਪੌਦ ਦੇ ਵਿੱਚ, ਜਿਹੜੇ ਇਸ ਵੇਲੇ ਤੁਹਾਡੀ ਸਕਰੀਨ ਦੇ ਉੱਤੇ ਤੁਹਾਨੂੰ ਦਿਖ ਰਹੇ ਨੇ, ਮੇਰੇ ਨਾਲ ਬੈਠੇ ਨੇ। ਉਹਨਾਂ ਦੇ ਉੱਤੇ ਸਾਰੀ ਫਿਲਮ ਬਣਦੀ ਹੈ, ਪਰ ਫਿਲਮ ਦੇ ਵਿੱਚ ਬਾਅਦ ਦੇ ਵਿੱਚ ਬਣਾਉਣ ਤੋਂ ਬਾਅਦ ਨਾ ਉਹਨਾਂ ਦਾ ਥੈਂਕਸ ਕਰਨਾ, ਨਾ ਨਾਮ ਦੇਣੇ, ਨਾ ਕੋਈ ਐਡਰੈਸ ਦੇਣਾ, ਕਾਫੀ ਮਾੜੀ ਗੱਲ ਹੈ। ਹਾਲਾਂਕਿ ਫਿਲਮ ਨੇ ਕਮਾਇਆ ਬਹੁਤ ਹੈ, ਇਹ ਤਾਂ ਹਿੱਸਾ ਵੀ ਨਹੀਂ ਮੰਗ ਰਹੇ, ਹਾਲਾਂਕਿ ਜਿਨ੍ਹਾਂ ਦੇ ਉੱਤੇ ਕਹਾਣੀਆਂ ਬਣਦੀਆਂ ਉਹ ਤਾਂ ਹਿੱਸੇ ਵੀ ਮੰਗਣ ਲੱਗ ਜਾਂਦੇ, ਇਹ ਕਹਿੰਦੇ ਫੋਨ ਕਰਕੇ ਥੈਂਕ ਯੂ ਬੋਲ ਦਿੰਦੇ ਹੋਈ ਬਹੁਤ ਸੀ, ਪਰ ਇਹਨਾਂ ਦੀ ਵੀ ਨਾਰਾਜ਼ਗੀ ਹੈ ਜਿਹੜੀ ਉਹ ਬਾਜੀ ਹੈ, ਸੋ ਇਸ ਦੇ ਉੱਤੇ ਵੀ ਜ਼ਰੂਰ ਅਮਲ ਕਰਨਾ ਚਾਹੀਦਾ ਹੈ, ਤਾਂ ਜੋ ਕਲਾਕਾਰਾਂ ਤੋਂ ਲੋਕਾਂ ਦਾ ਭਰੋਸਾ ਨਾ ਉੱਠ ਸਕੇ। ਅਜਿਹੀਆਂ ਫਿਲਮਾਂ ਬਣਦੀਆਂ ਹੈ, ਬਹੁਤ ਸਾਰੀਆਂ ਫਿਲਮਾਂ ਹੁੰਦੀਆਂ ਨੇ, ਬਹੁਤ ਲੋਕਾਂ ਦੇ ਕੋਲ ਜਾਂਦੇ ਆ, ਪਰ ਜੇਕਰ ਅਜਿਹੀਆਂ ਗੱਲਾਂ ਹੁੰਦੀਆਂ ਰਹੀਆਂ ਤਾਂ ਸਾਡੇ ਕੋਲ ਜਿਹੜੀਆਂ ਹੱਡ ਬੀਤੀਆਂ ਨੇ ਅਸਲ ਕਹਾਣੀਆਂ ਦੇ ਉੱਤੇ, ਅਸਲ ਲੋਕਾਂ ਦੇ ਉੱਤੇ ਫਿਲਮਾਂ ਬਣਨੀਆਂ ਨੇ, ਉਹ ਬੰਦ ਹੋ ਜਾਣਗੀਆਂ, ਕਿਉਂਕਿ ਜਿਹੜੀ ਗੱਲ ਤਰਸੇਮ ਜੱਸੜ ਜੀ ਨੇ ਕੀਤੀ ਆ ਉਹ ਮਾੜੀ ਹੈ। ਤਰਸੇਮ ਜੱਸੜ ਜੀ ਨੂੰ ਵੀ ਬੇਨਤੀ ਕਰਾਂਗੇ, ਜ਼ਰੂਰ ਇਸ ਵੱਲ ਧਿਆਨ ਦਿਓ, ਅਤੇ ਅਸੀਂ ਇੰਨਾ ਹੀ ਕਹਾਂਗੇ, ਬਾਕੀ ਲੋਕਾਂ ਨੂੰ ਜ਼ਰੂਰ ਬੇਨਤੀ ਕਰਾਂਗੇ ਕਿ ਤੁਸੀਂ ਨਰਿੰਦਰਜੀਤ ਸਿੰਘ ਜੀ ਨੂੰ ਜਿਸ ਨੂੰ ਦੇਖ ਰਹੇ ਹੋ ਉਹਨਾਂ ਨਾਲ ਕੰਟੈਕਟ ਵੀ ਕਰ ਸਕਦੇ ਹੋ, ਅਸੀਂ ਉਹਨਾਂ ਦਾ ਕੰਟੈਕਟ ਨੰਬਰ ਛੱਡ ਰਹੇ ਹਾਂ, ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਸਕਦੇ ਹੋ। ਜਗਦੀਪ ਸਿੰਘ ਥਲੀ ਦਿਓ ਇਜਾਜ਼ਤ, ਧੰਨਵਾਦ। ਤੁਸੀਂ ਵੇਖ ਰਹੇ ਹੋ ਪੰਜਾਬੀ ਲੋਕ ਚੈਨਲ।